ਬਹੁਤ ਜ਼ਰੂਰੀ ਹੈ। ਆਪਾਂ ਬੀਏਡ ਐਂਟਰੈਂਸ ਟੈਸਟ ਚਾਹੇ ਈਟੀ ਐਂਟਰੈਂਸ ਟੈਸਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਜਿਹੜੇ ਆ ਟੋਪਿਕ ਆਉਂਦੇ ਆ, ਭਾਸ਼ਾ ਸ਼ਬਦ ਕਿੱਥੋਂ ਆਇਆ, ਤਾਂ ਭਾਸ਼ਾ ਜਿਹੜਾ ਸ਼ਬਦ ਹੈ ਆਪਾਂ ਸੰਸਕ੍ਰਿਤ ਤੋਂ ਆਇਆ, ਇਹਦਾ ਮੂਲ ਧਾਤੂ ਸ਼ਬਦ ਕਿਹੜਾ ਜੀ, ਧਾਤੂ ਸ਼ਬਦ ਮੂਲ ਧਾਤੂ ਕਹਿ ਸਕਦੇ ਹਾਂ, ਉਹ ਇੱਕ ਭਾਸ਼ਾ, ਭਾਸ਼ ਦਾ ਮਤਲਬ ਕੀ ਹੁੰਦਾ ਮੰਚ ਤੇ ਅੱਗੇ ਆਪਣੀ ਗੱਲ ਨੂੰ ਪੇਸ਼ ਕਰਨਾ, ਸੋ ਇਹ ਚੀਜ਼ ਆਪਾਂ ਉਸ ਲੈਕਚਰ ਡਿਸਕਸ ਕਰ ਸਕਦੇ ਹਾਂ। ਅਗਲਾ ਹੁਣ ਜਿਹੜਾ ਆਪਣਾ ਉਹ ਸ਼ੁਰੂ ਕਰਦੇ ਹਾਂ, ਅੱਜ ਦਾ ਟੋਪਿਕ ਆ ਵਿਆਕਰਨ। ਸਭ ਤੋਂ ਪਹਿਲਾਂ ਜਿਹੜਾ ਟੋਪਿਕ ਆਪਣੇ ਕੋਲ ਆਪਣੇ ਕੋਲ ਵਿਆਕਰਨ, ਵਿਆਕਰਨ ਹੁੰਦੀ ਕੀ ਆ ਪੰਜਾਬੀ ਵਿੱਚ, ਤਾਂ ਇਹਨੂੰ ਵਿਆਕਰਨ ਬੋਲਦੇ ਆ, ਇੰਗਲਿਸ਼ ਦੇ ਵਿੱਚ ਇਹਨੂੰ ਗ੍ਰੈਮਰ ਬੋਲਦੇ ਆ, ਠੀਕ ਹੈ। ਔਰ ਗ੍ਰੈਮਰ ਹਰੇਕ ਭਾਸ਼ਾ ਦੀ ਅਲੱਗ ਅਲੱਗ ਹੁੰਦੀ ਹੈ, ਕੁਸ਼ਚਨ ਤੁਹਾਨੂੰ ਆਵੇਗਾ, ਤੁਸੀਂ ਬਚ ਜਾਓ ਵੀ ਇਹ ਜਿਹੜਾ ਕੁਸ਼ਚਨ ਆ ਵੀ ਕਿੱਥੋਂ ਆ ਗਿਆ, ਇਹ ਜਿਹੜਾ ਕੁਸ਼ਚਨ ਆ ਕਿੱਥੋਂ ਆ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਕੁਸ਼ਚਨ ਕਿੱਥੋਂ ਆਇਆ। ਕਹਿੰਦੇ ਜੀ ਗ੍ਰੈਮਰ ਆ ਜਾਂ ਫਿਰ ਭਾਸ਼ਾ ਆ, ਇਹ ਕਿੱਥੋਂ ਦਾ ਸ਼ਬਦ ਆ, ਤੁਹਾਨੂੰ ਦੱਸ ਚੁੱਕਿਆ ਵੀ ਇੱਦਾਂ ਦਾ ਕਰਕੇ ਜੁੜਿਆ ਹੋਇਆ, ਇਹਦੇ ਵਿੱਚ ਆਉਂਦਾ ਆ ਕਿ ਇਹ ਹਰੇਕ ਭਾਸ਼ਾ ਦੀ ਇੱਕੋ ਜਿਹੀ ਵਿਆਕਰਨ ਆ। ਤੁਸੀਂ ਕਹੋਗੇ ਨਹੀਂ ਇੱਕੋ ਜਿਹੀ ਨਹੀਂ ਹੈਗੀ, ਇੱਕੋ ਜਿਹੀ ਨਹੀਂ ਹੈਗੀ, ਬਾਰ ਬਾਰ ਕਹਿ ਰਹੇ ਵੀ ਇੱਕੋ ਜਿਹੀ ਨਹੀਂ ਹੈਗੀ, ਤੁਹਾਨੂੰ ਕਈ ਵਾਰੀ ਪੁੱਛਿਆ ਜਾ ਸਕਦਾ ਹੈ, ਤੁਸੀਂ ਉੱਥੇ ਕਹਿੰਦੇ ਹੋ ਨਾ। ਹੁਣ ਆਪਾਂ ਗੱਲ ਕਰਦੇ ਜਿਹੜਾ ਭਾਸ਼ਾ ਦੇ ਨਾਲ ਨਾਲ ਬਾਅਦ ਦੇ ਵਿੱਚ ਜਦੋਂ ਭਾਸ਼ਾ ਦਾ ਲਿਖਤੀ ਦੇਖੋ, ਵਿਆਕਰਨ ਕਦੋਂ ਆਈ, ਭਾਸ਼ਾ ਦੇ ਦੋ ਰੂਪ ਨੇ, ਭਾਸ਼ਾ ਦੇ ਦੋ ਰੂਪ ਨੇ, ਕਿਹੜੇ ਕਿਹੜੇ ਨੇ ਭਾਸ਼ਾ ਦੇ ਦੋ ਰੂਪ, ਇੱਕ ਹੋ ਗਿਆ ਆਪਣੇ ਕੋਲੇ ਮੌਖਿਕ, ਜਿਹੜਾ ਸਭ ਤੋਂ ਪਹਿਲਾਂ ਆਇਆ ਮੌਖਿਕ, ਜੀ ਮੌਖਿਕ ਜਿਹਨੂੰ ਆਪਾਂ ਬੋਲ ਚਾਲ ਦੀ ਭਾਸ਼ਾ ਬੋਲ ਲਿਖਦੇ ਹਾਂ, ਬੋਲ ਚਾਲ ਵਾਲੀ, ਜਿਹਦੇ ਵਿੱਚ ਬਹੁਤ ਸਾਰੀਆਂ ਕੀ ਹੁੰਦੀਆਂ ਅਸ਼ੁੱਧੀਆਂ ਹੁੰਦੀਆਂ, ਜਿਹੜੀਆਂ ਦੇ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਹੁੰਦੀਆਂ, ਬਹੁਤ ਸਾਰੀਆਂ ਕਮੀਆਂ ਹੁੰਦੀਆਂ। ਦੂਸਰੀ ਸਾਈਡ ਤੇ ਆਪਣੇ ਕੋਲੇ ਆ ਗਿਆ ਲਿਖਤ, ਜਦੋਂ ਲਿਖਤ ਤਾਂ ਆਇਆ ਜਦੋਂ ਆਪਣੇ ਕੋਲ ਲਿਪੀ ਆਈ ਆ, ਕਿ ਆਪਣੀ ਪੰਜਾਬੀ ਦੀ ਲਿਪੀ ਕਿਹੜੀ ਹੈ ਜੀ, ਗੁਰਮੁਖੀ ਹੈ, ਕੁਸ਼ਚਨ ਇੱਥੋਂ ਵੀ ਬਣਦਾ ਆ ਤੁਹਾਡਾ ਪੰਜਾਬੀ ਦਾ ਗੁਰਮੁਖੀ ਹੈ। ਜੇ ਆਪਾਂ ਲਹਿੰਦੇ ਪੰਜਾਬ ਦੀ, ਲਹਿੰਦੇ ਪੰਜਾਬ ਦੀ ਗੱਲ ਕਰੀਏ, ਉਹਦੀ ਲਿਪੀ ਕਿਹੜੀ ਆ, ਤੁਸੀਂ ਉੱਥੇ ਹੀ ਲਿਖ ਦੋਗੇ, ਉਹਨਾਂ ਦੀ ਕਿਹੜੀ ਲਿਪੀ ਹੈ ਜੀ, ਆਪਾਂ ਲਿਖਾਂਗੇ ਸ਼ਾਹਮੁਖੀ, ਕੁਸ਼ਚਨ ਆਉਂਦਾ ਹੈ ਇੱਥੋਂ, ਛੋਟੇ ਛੋਟੇ ਕੁਸ਼ਚਨ ਇੱਦਾਂ ਬਣਦੇ ਨੇ, ਠੀਕ ਹੈ। ਮੈਂ ਵਾਰ ਵਾਰ ਇਹ ਚੀਜ਼ ਵਾਰ ਵਾਰ ਕਹਿ ਰਿਹਾ ਕਿ ਇੱਥੋਂ ਕੁਸ਼ਚਨ ਬਣਦੇ ਨੇ, ਫਿਰ ਨਾ ਕਹੋ ਸਰ ਇਹ ਚੀਜ਼ ਤਾਂ ਸਾਨੂੰ ਪਤਾ ਨਹੀਂ ਲੱਗੀ, ਜਾਂ ਇਹ ਚੀਜ਼ ਦੇ ਬਾਰੇ ਸਾਨੂੰ ਪਤਾ ਨਹੀਂ ਸੀਗਾ। ਸ਼ਾਹਮੁਖੀ, ਸ਼ਾਹਮੁਖੀ, ਔਰ ਹਿੰਦੀ ਤਾਂ ਕਈ ਵਾਰੀ ਨਹੀਂ ਪੁੱਛਦੇ, ਚਲੋ ਹਿੰਦੀ ਚੀਜ਼ ਕਿਹੜੀ ਹੈ, ਦੇਵਨਾਗਰੀ, ਹਿੰਦੀ ਦੀ ਕਿਹੜੀ ਹੈ ਜੀ, ਦੇਵਨਾਗਰੀ ਤੁਸੀਂ ਲਿਖੋਗੇ। ਹੁਣ ਤੁਹਾਨੂੰ ਇਹ ਇੰਟਰੋਡਕਸ਼ਨ ਹੋ ਗਈ, ਵਿਆਕਰਨ ਕਦੋਂ ਆਪਾਂ ਨੂੰ ਦੇਖਣ ਨੂੰ ਮਿਲੀ ਹੈ, ਜਦੋਂ ਭਾਸ਼ਾ ਦਾ ਲਿਖਤੀ ਰੂਪ ਆਇਆ, ਇਸ ਸਮੇਂ ਦੇ ਵਿੱਚ ਗ੍ਰੈਮਰ ਜਿਹੜੀ ਆ ਗਈ ਪੰਜਾਬੀ ਵਿੱਚ, ਇਹਨੂੰ ਆਪਾਂ ਬੋਲਦੇ ਹਾਂ ਵਿਆਕਰਨ। ਵਿਆਕਰਨ ਕਦੋਂ ਆਪਣੇ ਕੋਲ ਆਈ, ਜਦੋਂ ਭਾਸ਼ਾ ਦਾ ਲਿਖਤੀ ਰੂਪ ਆਇਆ। ਭਾਸ਼ਾ ਦਾ ਲਿਖਤੀ ਰੂਪ ਕਿਉਂ ਜ਼ਰੂਰੀ ਸੀਗਾ, ਕੁਸ਼ਚਨ ਇੱਥੋਂ ਬਣਦਾ ਆ ਕਿ ਜੀ ਭਾਸ਼ਾ ਦਾ ਲਿਖਤੀ ਰੂਪ, ਭਾਸ਼ਾ ਦਾ ਲਿਖਤੀ ਰੂਪ ਕਿਉਂ ਜ਼ਰੂਰੀ ਹੈ, ਤੁਸੀਂ ਕੀ ਆਨਸਰ ਲਗਾਓਗੇ, ਕਿਉਂ ਜ਼ਰੂਰੀ ਹੈ, ਭਾਸ਼ਾ ਦਾ ਲਿਖਤੀ ਰੂਪ ਕਿਉਂ ਜ਼ਰੂਰੀ ਹੈ। ਕਈ ਵਾਰੀ ਕੁਸ਼ਚਨ ਆਉਂਦਾ ਹੈ, ਤੁਹਾਨੂੰ ਵਾਰ ਵਾਰ ਇਹ ਚੀਜ਼ਾਂ ਕਹਿ ਰਹੇ ਹਾਂ ਕਿ ਤੁਸੀਂ ਆਹ ਛੋਟੀਆਂ ਛੋਟੀਆਂ ਚੀਜ਼ਾਂ ਚੋਂ ਬਚਿਓ, ਕਿਉਂਕਿ ਭਾਸ਼ਾ ਦਾ ਲਿਖਤੀ ਰੂਪ ਤਾਂ, ਕਿਉਂਕਿ ਆਪਾਂ ਆਪਣੀਆਂ ਕੁਛ ਸੰਸਕ੍ਰਿਤੀ, ਪਹਿਲੀ ਗੱਲ ਤਾਂ ਆਪਾਂ ਸੰਸਕ੍ਰਿਤ ਦੇ ਨਾਲ ਜੁੜੇ ਹਾਂ, ਸੰਸਕ੍ਰਿਤੀ, ਆਪਾਂ ਆਪਣਾ ਸੱਭਿਆਚਾਰ, ਆਪਾਂ ਆਪਣਾ ਇਤਿਹਾਸ, ਆਪਾਂ ਆਪਣੇ ਕੋਲ ਕੀ ਆ, ਬਹੁਤ ਸਾਰੇ ਬੋਲੀਆਂ,
ਬੋਲੀਆਂ ਹੋਈਆਂ, ਜਾਂ ਆਪਾਂ ਕਹਿ ਸਕਦੇ ਭਾਸ਼ਾ ਨੂੰ ਪੀੜ੍ਹੀ ਦਰ ਪੀੜ੍ਹੀ ਚਲਾਉਣ ਲਈ ਆਪਾਂ ਕਿਹਦਾ ਰੂਪ ਧਾਰਿਆ, ਆਪਾਂ ਭਾਸ਼ਾ ਦਾ ਲਿਖਤੀ ਰੂਪ ਆਇਆ। ਜਦੋਂ ਭਾਸ਼ਾ ਦਾ ਲਿਖਤੀ ਰੂਪ ਆਇਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਨੂੰ ਅਸ਼ੁੱਧੀਆਂ ਪਾਈਆਂ ਗਈਆਂ। ਪਹਿਲੀ ਗੱਲ ਤਾਂ ਅਸ਼ੁੱਧੀਆਂ ਪਾਈਆਂ ਗਈਆਂ ਭਾਸ਼ਾ ਦੇ ਵਿੱਚ, ਕਮੀਆਂ ਹੋਈਆਂ, ਅਸ਼ੁੱਧੀਆਂ ਹੋਈਆਂ, ਉਹਨਾਂ ਨੂੰ ਦੂਰ ਕਰਨ ਲਈ ਕੀ ਚੀਜ਼ ਆਈ, ਆਪਾਂ ਉਹਦਾ ਇੱਕ ਨਿਵਾਣ ਨਿਕਲਿਆ, ਵਿਆਕਰਨ ਆਈ। ਵਿਆਕਰਨ ਆ ਗਈ ਜਿਹਦੇ ਕਰਕੇ ਇਹ ਅਸ਼ੁੱਧੀਆਂ ਜਾਂ ਕਮੀਆਂ ਦੂਰ ਹੋਈਆਂ, ਭਾਸ਼ਾ ਵਿੱਚੋਂ ਆਪਾਂ ਨੂੰ ਸ਼ੁੱਧ ਰੂਪ ਮਿਲ ਗਿਆ। ਇੱਥੋਂ ਆਈ ਹੈ ਜੀ ਵਿਆਕਰਨ, ਇੱਥੋਂ ਆਈ ਆਪਾਂ ਨੂੰ ਵਿਆਕਰਨ। ਹੁਣ ਤੁਹਾਨੂੰ ਪਤਾ ਲੱਗ ਗਿਆ ਵਿਆਕਰਨ ਕਿੱਥੋਂ ਆਈ ਹੈ। ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਪੇਪਰ ਦੇ ਵਿੱਚ ਪੁੱਛੇ ਜਾਂਦੇ। ਠੀਕ ਹੈ, ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ। ਚਲੋ ਜੀ ਅੱਗੇ ਚੱਲਦੇ ਹਾਂ, ਆਪਣੇ ਕੋਲ ਅੱਗੇ ਕੀ ਆ। ਅਗਲਾ ਆਪਣੇ ਕੋਲੇ ਕੀ ਹੈ, ਪਹਿਲੀ ਗੱਲ ਕਰਦੇ ਹਾਂ ਵਿਆਕਰਨ ਦੀ। ਹੁਣ ਪਹਿਲਾ ਸ਼ਬਦ ਹੀ ਆਪਣੇ ਕੋਲ ਆ ਗਿਆ ਵਿਆਕਰਨ ਦਾ। ਇਹ ਜਿਹੜਾ ਵਿਆਕਰਨ ਸ਼ਬਦ ਹੈ ਕਿੱਥੋਂ ਆਇਆ, ਪਹਿਲੀ ਗੱਲ ਤਾਂ ਇਹ ਸ਼ਬਦ ਕਿੱਥੋਂ ਆਇਆ ਜੀ, ਸੰਸਕ੍ਰਿਤ ਦੇ ਵਿੱਚੋਂ ਆਇਆ। ਸੰਸਕ੍ਰਿਤ ਸ਼ਬਦ ਹੈ, ਸੰਸਕ੍ਰਿਤ ਦੇ ਵਿੱਚੋਂ ਆਇਆ। ਕੁਸ਼ਚਨ ਆਉਂਦਾ ਆ ਕਿ ਜੀ ਵਿਆਕਰਨ ਜਿਹੜਾ ਸ਼ਬਦ ਹੈ ਕਿੱਥੋਂ ਆਇਆ, ਤੁਸੀਂ ਕੀ ਲਿਖੋਗੇ, ਲਿਖੋਗੇ ਕਿ ਸੰਸਕ੍ਰਿਤ ਭਾਸ਼ਾ ਤੋਂ ਆਇਆ ਹੈ ਤੇ ਇਹ ਭਾਰਤ ਦੀ, ਸੰਸਕ੍ਰਿਤ ਜਿਹੜੀ ਭਾਸ਼ਾ ਭਾਰਤ ਦੀ ਪੁਰਾਤਨ ਪੁਰਾਤਨ ਕੀ ਹੈ ਜੀ, ਭਾਸ਼ਾ ਹੈ, ਪੁਰਾਤਨ ਭਾਸ਼ਾ ਹੈ। ਸਭ ਤੋਂ ਜਿਹੜੀ ਵੇਦ ਵਗੈਰਾ ਸਾਰੇ ਸੰਸਕ੍ਰਿਤ ਦੇ ਵਿੱਚ ਵੀ ਲਿਖੇ ਗਏ ਆ, ਸੋ ਇਹ ਸਭ ਤੋਂ ਪੁਰਾਣੀ ਭਾਸ਼ਾ ਆਪਣੇ ਕੋਲ ਕੀ ਹੈ, ਸੰਸਕ੍ਰਿਤ ਆ। ਪਰ ਅੱਜ ਦੇ ਟਾਈਮ 'ਚ ਇਹ ਅਲੋਪ ਹੁੰਦੀ ਜਾ ਰਹੀ ਹੈ, ਬਟ ਫਿਰ ਵੀ ਕਿਤੇ ਨਾ ਕਿਤੇ ਦੇਖੀ ਜਾ ਰਹੀ ਹੈ। ਵਿਆਕਰਨ ਜਿਹੜਾ ਸ਼ਬਦ ਹੈ ਕਿੱਥੋਂ ਆਇਆ, ਸੰਸਕ੍ਰਿਤ 'ਚੋਂ ਆਇਆ, ਭਾਰਤ ਦੀ ਪੁਰਾਤਨ ਭਾਸ਼ਾ ਹੈ। ਇੱਥੇ ਦੋ ਦੋ ਕੁਸ਼ਚਨ ਬਣਦੇ ਆ। ਔਰ ਅਗਲੀ ਦੇਖੋ ਚੀਜ਼, ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਵਿਆਕਰਨ ਦੀ ਵਰਤੋਂ ਕਿਸਨੇ ਕੀਤੀ ਹੈ। ਕੁਸ਼ਚਨ ਆਉਂਦਾ ਹੈ ਕਹਿੰਦੀ ਸਭ ਤੋਂ ਪਹਿਲਾਂ ਜਿਹੜੀ ਵਿਆਕਰਨ ਦੀ ਵਰਤੋਂ ਕਿਸਨੇ ਕੀਤੀ, ਤਾਂ ਸਭ ਤੋਂ ਪਹਿਲਾਂ ਜਿਹੜੀ ਵਿਆਕਰਨ ਦੀ ਵਰਤੋਂ ਬਈ ਕਿਸਨੇ ਕੀਤੀ ਹੈ, ਕੁਸ਼ਚਨ ਬਣਦਾ ਹੈ। ਵਿਆਕਰਨ ਚਾਹੇ ਕਿਸੇ ਵੀ ਭਾਸ਼ਾ ਦੀ ਹੋਵੇ, ਆਪਾਂ ਇਹ ਨਹੀਂ ਕਹਿ ਰਹੇ ਇਕੱਲੀ ਪੰਜਾਬੀ ਦੀ ਭਾਸ਼ਾ ਦੀ ਗੱਲ ਕਰਦੇ ਹਾਂ, ਨਹੀਂ, ਕਿਸੇ ਵੀ ਭਾਸ਼ਾ ਦੀ ਗੱਲ ਹੋਵੇ, ਕੋਈ ਵੀ ਹੋਵੇ, ਜਿਹਨੇ ਭਾਸ਼ਾ ਦੀ ਵਰਤੋਂ ਕੀਤੀ ਹੈ, ਤੇ ਕਿਹੜੀ ਹੈ ਜੀ, ਆਪਾਂ ਲਿਖਾਂਗੇ ਵਿਲੀਅਮ ਕੈਰੀ। ਵਿਲੀਅਮ ਕੈਰੀ ਨੇ ਸਭ ਤੋਂ ਪਹਿਲਾਂ ਭਾਸ਼ਾ ਦੀ ਵਰਤੋਂ ਕੀਤੀ ਹੈ ਜੀ। ਠੀਕ ਹੈ, ਸਭ ਤੋਂ ਪਹਿਲਾਂ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਕੈਰੀ, ਵਿਲੀਅਮ ਕੈਰੀ ਨੇ ਕੀਤੀ ਹੈ। ਦੇਖੋ, ਠੀਕ ਹੈ, ਇੱਥੇ ਤੁਹਾਨੂੰ ਪਤਾ ਲੱਗ ਗਿਆ ਹੁਣ ਕਿੱਥੇ ਕਿੱਥੇ ਕੁਸ਼ਚਨ ਕੀ ਕੀ ਆ ਸਕਦਾ ਹੈ। ਕੁਛ ਮੇਨ ਮੇਨ ਕੁਸ਼ਚਨ ਜਿਹੜੇ ਆ ਮੈਂ ਤੁਹਾਨੂੰ ਕਰਵਾ ਦਿੱਤੇ ਆ ਵੀ ਇੱਥੋਂ ਤੋਂ ਐਡਾ ਪੁੱਛਿਆ ਜਾ ਸਕਦਾ ਹੈ। ਹੁਣ ਵਿਲੀਅਮ ਕੈਰੀ ਦੇ ਬਾਰੇ ਆਪਾਂ ਨੂੰ ਕੁਛ ਨਹੀਂ ਪੁੱਛਿਆ ਜਾਂਦਾ ਵੀ ਇਹ ਕਿੱਥੋਂ ਆ, ਕਿਹੜੇ ਦੇਸ਼ ਤੋਂ ਬਿਲੋਂਗ ਕਰਦਾ, ਕਿਹੜੀ ਇਹਨੇ ਵਿਆਕਰਨ ਕੀਤੀ ਹੈ, ਕਿਸੇ ਨੇ ਇਹ ਨਹੀਂ ਪੁੱਛਣਾ। ਆਪਣੇ ਤੋਂ ਇਹ ਪੁੱਛਣਾ ਕਿ ਭਾਈ ਕੈ ਵਿਲੀਅਮ ਕੈਰੀ ਹੈ ਜਿਹੜਾ, ਉਹਨੇ ਸਭ ਤੋਂ ਪਹਿਲਾਂ ਵਿਆਕਰਨ ਦੀ ਜਿਹੜੀ ਆ ਵਰਤੋਂ ਕੀਤੀ ਹੈ, ਬਸ ਇਹ ਪੁੱਛੇਗਾ, ਉਸ ਤੋਂ ਜ਼ਿਆਦਾ ਕੁਛ ਪੁੱਛੇਗਾ ਨਹੀਂ। ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ, ਹੁਣ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਈ,
ਫਲਿਸ਼ ਤਾਂ ਪਤਾ ਲੱਗ ਗਈ, ਹੁਣ ਵਿਆਕਰਨ ਦੀ ਕੁਛ ਤਾਂ ਪਰਿਭਾਸ਼ਾ ਹੋਏਗੀ, ਇਹਦਾ ਪੀਡੀਐਫ ਤੁਹਾਨੂੰ ਮਿਲ ਜਾਏਗਾ, ਟੈਨਸ਼ਨ ਨਾ ਲਓ। ਬਟ ਆਪਣੇ ਨੋਟਸ ਜ਼ਰੂਰ ਥੋੜ੍ਹੇ ਥੋੜ੍ਹੇ ਪ੍ਰਿਪੇਅਰ ਕਰ ਲਿਓ, ਠੀਕ ਹੈ? ਮੈਂ ਇਹੀ ਚੀਜ਼ ਕਹਾਂਗਾ ਤੁਹਾਨੂੰ। ਦੇਖੋ ਸਭ ਤੋਂ ਪਹਿਲਾਂ ਵਿਆਕਰਨ ਦੀ ਆ, ਪਰਿਭਾਸ਼ਾ ਵਿਆਕਰਨ ਦੀ ਕੀ ਪਰਿਭਾਸ਼ਾ ਹੈ ਇਹਨੂੰ? ਜਿਹਨੂੰ ਐਲ ਲਿਖ ਸਕਦੇ ਜਾਂ ਇਹਨੂੰ ਇੱਦਾਂ ਪਰਿਭਾਸ਼ਾ ਲਿਖ ਸਕਦੇ, ਠੀਕ, ਕਿਸੇ ਵੀ ਤਰੀਕੇ ਦੇ ਨਾਲ। ਦੇਖੋ ਵਿਆਕਰਨ ਵਿਆਕਰਨ ਉਹ ਨਿਯਮ, ਨਿਯਮ ਜਾਂ ਨਿਯਮ ਬੋਲਦੇ, ਨਿਯਮ ਬੰਦ ਕਿਤਾਬ ਜਾਂ ਫਿਰ ਇਹਨੂੰ ਬੋਲਦੇ ਆ ਪੁਸਤਕ। ਨਿਯਮ ਬੰਦ ਪੁਸਤਕ ਹੈ, ਪਹਿਲੀ ਚੀਜ਼ ਕੀ ਹੈ, ਵਿਆਕਰਨ ਉਹ ਨਿਯਮ ਬੰਦ ਪੁਸਤਕ ਹੈ ਜਿਹੜੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਜਿਹੜੇ ਨਿਯਮਾਂ ਦੀ ਵਰਤੋਂ। ਦੇਖੋ ਹੁਣ ਪਰਿਭਾਸ਼ਾ ਲਿਖਤੀ, ਸਮਝ ਲੱਗੀ ਪਰਿਭਾਸ਼ਾ ਕੀ? ਹਾਂਜੀ ਬੇਟਾ ਜੀ, ਚਲੋ 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 ਜੀ ਬੋਲੋ ਜੀ। ਹਾਂਜੀ ਗੁਰਮੀਤ ਕੌਰ ਬੋਲੋ ਜੀ, ਗੁਰਪ੍ਰੀਤ, ਸੋਰੀ ਗੁਰਪ੍ਰੀਤ ਬੋਲੋ ਜੀ। ਹਾਂਜੀ ਗੁਰਪ੍ਰੀਤ ਬੋਲੋ। ਹੈਲੋ, ਹਾਂਜੀ ਚਲੋ ਇੱਕ ਵਾਰੀ ਮੈਨੂੰ ਦੱਸ ਦਿਓ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ, ਫਿਰ ਆਪਾਂ ਅੱਗੇ ਚੱਲਦੇ। ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਵਿਆਕਰਨ ਉਹ ਨਿਯਮਬੰਧ ਕਿਤਾਬ ਹੈ ਜਾਂ ਉਹ ਪੁਸਤਕ ਹੈ ਜਿਹੜੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਜਿਹੜੇ ਨਿਯਮਾਂ ਦੀ ਵਰਤੋਂ ਕਰਦੇ ਹਾਂ ਉਸ ਨੂੰ ਆਪਾਂ ਵਿਆਕਰਨ। ਕੀ ਆਪਾਂ ਗੱਲ ਕਰੀਏ ਇੰਗਲਿਸ਼ ਦੀ ਗ੍ਰਾਮਰ ਅਤੇ ਪੰਜਾਬੀ ਦੀ ਗ੍ਰਾਮਰ ਜਿਹੜੀ ਹੈ ਨਾ ਵਿਆਕਰਨ ਆ ਉਹ ਇੱਕੋ ਜਿਹੀ ਹੈ, ਉਹ ਕੀ ਇੱਕੋ ਜਿਹੀ ਹੈ? ਦੱਸੋ ਮੈਨੂੰ, ਤੁਹਾਡੇ ਕੋਲ ਹੁਣ ਇੱਕ ਹੈ, ਤੁਸੀਂ ਮੈਨੂੰ ਇਹ ਦੱਸਣਾ ਕਿ ਪੰਜਾਬੀ ਦੀ ਔਰ ਇੰਗਲਿਸ਼ ਦੀ ਜਿਹੜੀ ਹੈ ਵਿਆਕਰਨ ਇੱਕੋ ਜਿਹੀ ਹੈ? ਬਹੁਤ ਸਾਰੀਆਂ ਸਮਾਨਤਾ ਹੈਗੀਆਂ ਕਿ ਨਹੀਂ ਉਹਦੇ 'ਚ, ਇਹ ਮੈਨੂੰ ਦੱਸੋ। ਠੀਕ ਹੈ, ਇਹ ਮੈਨੂੰ ਦੱਸੋ ਵੀ ਉਹਦੇ 'ਚ ਸਮਾਨਤਾ ਹੈਗੀ ਹੈ ਕਿ ਨਹੀਂ ਸਮਾਨਤਾ ਹੈਗੀ, ਸਾਰੀ ਚੀਜ਼ ਮੈਨੂੰ ਦੱਸੋ ਫਿਰ ਆਪਾਂ ਅੱਗੇ ਚੱਲ, ਤਾਂ ਮੈਨੂੰ ਸਾਰੇ ਬੱਚੇ ਪਤਾ ਲੱਗ ਜਾਏ ਵੀ ਹਾਂ ਕਿੰਨਾ ਇਹ ਚੀਜ਼ ਨੂੰ ਸੋਚਦੇ ਆ, ਫਿਰ ਇਹ ਤੋਂ ਕੁਐਸਚਨ ਬਣਦਾ ਹੈ, ਉਹ ਕੁਐਸਚਨ ਵੀ ਤੁਹਾਨੂੰ ਦੱਸੂਗਾ। ਦੇਖੋ ਵਿਆਕਰਨ ਦੇ ਅੰਗ, ਹੁਣ ਅਗਲਾ ਕੀ ਹੈ, ਵਿਆਕਰਨ ਦੇ ਅੰਗ ਵੀ ਹੋਣਗੇ ਨਾ। ਚਲੋ ਆਪਾਂ ਗੱਲ ਕਰਦੇ ਹਾਂ ਵਿਆਕਰਨ ਦੇ ਅੰਗਾਂ ਦੀ। ਹੁਣ ਮੈਂ ਤੁਹਾਨੂੰ ਦੱਸ ਦਿੱਤਾ ਹੈ, ਪਰਿਭਾਸ਼ਾ ਕਰਵਾ ਦਿੱਤੀ ਹੈ, ਹੁਣ ਆਪਾਂ ਗੱਲ ਕਰੀਏ ਵਿਆਕਰਨ ਦੇ ਅੰਗ। ਤਾਂ ਵਿਆਕਰਨ ਦੇ ਕਿੰਨੇ ਅੰਗ ਆ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਮੁੱਖ ਤੌਰ 'ਤੇ, ਜਿਵੇਂ ਆਪਾਂ ਕੱਲ੍ਹ ਕੀਤੀ ਹੈ ਨਾ ਟੀਚਰ ਪੋਟੈਂਸ਼ੀਅਲ ਦੇ ਵਿੱਚ, ਟੀਚਿੰਗ ਦੇ ਕਿੰਨੇ ਪਿੱਲਰ ਨੇ, ਤਾਂ ਤੁਹਾਨੂੰ ਕਰਵਾਇਆ ਹੈ ਕਿੰਨੇ ਪਿੱਲਰ ਨੇ, 4 ਪਿੱਲਰ ਨੇ, ਕਿੰਨੇ ਆ, 4 ਪਿੱਲਰ। ਉਸੇ ਤਰ੍ਹਾਂ ਹੀ ਇਹਦੇ ਵੀ 4 ਅੰਗ ਹੀ ਨੇ, 4 ਪਿੱਲਰ ਨੇ ਵਿਆਕਰਨ ਦੇ, ਗ੍ਰਾਮਰ ਦੇ, ਠੀਕ ਹੈ? ਕਿਹੜੇ ਕਿਹੜੇ ਨੇ ਹੁਣ ਦੇਖੋ ਧਿਆਨ ਨਾਲ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਹੈ ਜੀ ਧੁਨੀ ਬੋਧ, ਜਿਹਨੂੰ ਆਪਾਂ ਧੁਨੀ ਬੋਧ ਬੋਲਦੇ ਹਾਂ।
और दूसरा अपने को लेकेड़ा शब्द बोध, और तीसरा की अपने को वाक बोध, इन्हों आप वाक बोध बोलते हैं, और जरा चौथा अपने को की है अर्थ बोध। हुण इत्थों बहुत सारे बच्चे मार खाते नहीं, ये बेस आ। सो ये बेस तुहानू क्लीयर करना पैना, अगर तुहाडा क्लीयर नहीं हैगा ना बहुत नुकसान चाहोगे, क्योंकि अगे भी तुहाडा काम आएगा। तो इस एग्जाम जिहड़ा 2017 दे विच एग्जाम आ ना, उहदे विच इत्थों दो क्वेश्चन निकल के आए हुए हैं, मैं दसूंगा तुहानू कहिहड़ा। सब तो पहला तो धुनी जिहड़ा बोध आ उहनू होर किहड़े नाम नाल जाणिया जांदा, उहनू लिखा जांदा वर्ण बोध। अगर तुहानू पुछ लिया धुनी बोध नू होर किहड़े नाम नाल जाणिया जांदा, तुसीं उत्थे आंसर दे दिओ कि जेवी सर ने इह चीज़ करवाई है वर्ण बोध दे नाल। और दूसरा जिहड़ा है, और इहनू अक्षर बोध भी बोलदे आ। हुण सब तो पहला तुहानू धुनी बारे पता होना चाहिए, धुनिया की आ, कहिंदे जी भाषा की सब तो छोटी इकाई। धुनी की है जी, भाषा की सब तो छोटी इकाई। छोटी इकाई क्यों बोलिया, हुण सब तो वड्डा सवाल ही इत्थे आ गया कि भाषा की सब तो छोटी इकाई आपां नूं पता लग गया धुनी है, पर आपां धुनी नूं सब तो छोटी इकाई क्यों बोलिया, कोई तां रीजन होऊगा इहदे पिछे। क्यों क्यों कहिंदे जी जिहड़ी धुनी है ना, धुनी उहनूं होर भागां दे विच हिस्सेयां दे विच तोड़ नहीं सकदे, हिस्से दे विच वंड नहीं सकदे, ਉਹਨਾਂ ਨੂੰ ਆਪਾਂ ਕਿਸੇ ਹੋਰ ਹਿੱਸਿਆਂ ਦੇ ਵਿੱਚ ਵੰਡ ਨਹੀਂ ਸਕਦੇ ਧੁਨੀ ਨੂੰ। ਸੋ ਇਹੀ ਸਭ ਤੋਂ ਛੋਟੀ ਇਕਾਈ, ਜਿਵੇਂ ਹੁਣ ਅੱਜ ਦੇ ਟਾਈਮ 'ਚ 1 ਰੁਪਿਆ ਸਭ ਤੋਂ ਛੋਟੀ ਇਕਾਈ ਮੰਨ ਲਿਆ ਨਾ, ਤੇ ਉਸ ਤੋਂ ਬਾਅਦ ਤਾਂ ਵੱਧਦੇ ਜਾਂਦੇ ਆ। ਸੋ ਇਹੀ ਚੀਜ਼ ਆ ਕਿ ਅੱਜ ਦੇ ਟਾਈਮ 'ਚ ਜਿਹੜੀ ਹੈ ਧੁਨੀ ਬੋਧ ਹੈ। ਧੁਨੀ ਬੋਧ ਦੇ ਵਿੱਚ ਜਿਹੜੀਆਂ ਧੁਨੀਆਂ ਆਪਾਂ ਸੁਣਦੇ ਆ, ਅਲੱਗ ਅਲੱਗ ਧੁਨੀਆਂ ਨੇ, ਕੱਕੇ ਦੀ ਧੁਨੀ ਹੋ ਗਈ, ਖੱਖੇ ਦੀ ਧੁਨੀ ਹੋ ਗਈ, ਪੱਪੇ ਦੀ ਹੋ ਗਈ, ਇਹ ਸਾਰੀ ਕੀ ਹੈ ਧੁਨੀ ਆ। ਫਿਰ ਧੁਨੀਆਂ ਤੋਂ ਬਾਅਦ ਕੀ ਬਣਿਆ, ਧੁਨੀਆਂ ਧੁਨੀ ਕਿਹੜੇ ਅੱਖਰ ਨੇ, ਅੱਖਰ ਨੇ ਧੁਨੀ ਜਿਹੜੇ ਅੱਖਰ ਨੇ। ਹੁਣ ਦੇਖੋ ਆੜੇ ਨੂੰ ਆੜਾ ਕਿਉਂ ਬੋਲਦੇ ਆ, ਕਿਉਂਕਿ ਇਹ ਧੁਨੀ ਆ, ਆੜੇ ਦੀ ਧੁਨੀ ਆ। ਆਪਾਂ ਈੜੀ ਲਿਖਦੇ ਹਾਂ, ਈੜੀ ਧੁਨੀ ਆ, ਸੱਸਾ ਲਿਖਦੇ, ਇਹ ਧੁਨੀ ਆ, ਅੱਖਰ ਵੀ ਤਾਂ ਹੈ ਤੇ ਨਾਲ ਨਾਲ ਧੁਨੀ ਆ। ਸੋ ਇੱਥੇ ਆ, ਜਦੋਂ ਬਹੁਤ ਸਾਰੀਆਂ ਧੁਨੀਆਂ ਨੂੰ ਮਿਲਾ ਕੇ ਕੀ ਬਣ ਜਾਂਦਾ, ਜਦੋਂ ਦੋ ਤੋਂ ਵੱਧ ਜਿਹੜੀਆਂ ਧੁਨੀਆਂ ਜੋੜਦੇ ਆ, ਉਹ ਤੋਂ ਬਾਅਦ ਬਣਦਾ ਸ਼ਬਦ ਬੋਧ, ਸ਼ਬਦ ਬਣਦੇ ਆ। ਇਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਸ਼ਬਦ ਦੇਖਣ ਨੂੰ ਮਿਲਣਗੇ ਆਪਾਂ ਨੂੰ, ਉਹਦੇ ਬਾਰੇ ਗੱਲ ਕਰਾਂਗੇ। ਉਹਤੋਂ ਬਾਅਦ ਬਹੁਤ ਸਾਰੇ ਸ਼ਬਦਾਂ ਨੂੰ ਜੋੜ ਕੇ ਇੱਕ ਕੀ ਬਣਦਾ, ਬਾਗ ਬਣਦਾ, ਉਹਨੂੰ ਆਪਾਂ ਬੋਲਦੇ ਹਾਂ ਬਾਗ ਬੋਧ। ਇੱਕ ਲਾਸਟ ਤੇ ਚੀਜ਼ ਆਉਂਦੀ ਆ ਕਿ ਅਰਥ ਬੋਧ ਕੀ ਹੈ। ਅਗਰ ਤੁਹਾਨੂੰ ਪੁੱਛ ਲਿਆ, ਕੁਸ਼ਚਨ ਕਰਤਾ ਇੱਕ ਐਗਜ਼ਾਮੀਨਰ, ਕਿਉਂਕਿ ਸੌਖੇ ਨਹੀਂ ਹੋਣਗੇ, ਕਿਉਂਕਿ ਪੰਜਾਬ ਯੂਨੀਵਰਸਿਟੀ ਹਮੇਸ਼ਾ ਤੋਂ ਹੀ ਬੜਾ ਡਿਫੀਕਲਟ ਐਗਜ਼ਾਮ ਲੈ ਕੇ ਆਉਂਦੀ ਰਹੀ ਆ। ਤੁਸੀਂ ਪਿਛਲੇ ਕੁਸ਼ਚਨ ਜਿਹੜੇ ਆ ਨਾ, ਮੈਂ ਦੱਸ ਦੂੰਗਾ, ਮੈਂ ਇੱਕ ਤੁਹਾਡੇ ਨਾਲ ਲਾਸਟ ਤੇ ਚੀਜ਼ ਡਿਸਕਸ ਕਰੂੰਗਾ, ਤੁਹਾਡੇ ਲਈ ਸਪੈਸ਼ਲ ਰਹੇਗੀ, ਠੀਕ ਹੈ, ਉਹ ਲਾਸਟ ਤੇ ਡਿਸਕਸ ਕਰਾਂ। ਅਰਥ ਬੋਧ, ਅਰਥ ਬੋਧ ਦੇ ਵਿੱਚ ਜਿਹੜੇ ਸਮਾਨਾਰਥਕ ਸ਼ਬਦ ਆ ਗਏ, ਬਹੁ ਸ਼ਬਦ, ਬਹੁਤ ਬਚਨ ਸ਼ਬਦ ਹਨ, ਬਹੁ ਬਚਨ, ਇੱਕ ਬਚਨ, ਇਹ ਸਾਰੇ ਜਿਹੜੇ ਆ ਹਨਾ, ਲਿੰਗੋ ਬਦਲੋ, ਇਹ ਸਾਰੇ ਅਰਥ ਬੋਧ ਨੇ। ਕਿਉਂਕਿ ਕੀ ਆ ਕਿ ਜਿਹੜੇ ਵੀ ਸ਼ਬਦ ਹੈ ਉਹਦਾ ਕੋਈ ਨਾ ਕੋਈ ਤਾਂ ਅਰਥ ਨਿਕਲਦਾ ਹੋਵੇ, ਉਹਨੂੰ ਤਾਂ ਹੀ ਆਪਾਂ ਅਰਥ ਕਵਾਂਗੇ। ਜੇ ਉਹਦਾ ਅਰਥ ਨਿਕਲੇਗਾ ਤਾਂ ਹੀ ਉਹਨੂੰ ਆਪਾਂ ਸ਼ਬਦ ਮੰਨਾਂਗੇ, ਤਾਂ ਹੀ ਉਹਨੂੰ ਭਾਸ਼ਾ ਜੋੜਾਂਗੇ, ਨਹੀਂ ਤਾਂ ਉਹ ਨਿਰਾਰਥਕ ਆ। ਨਿਰਾਰਥਕ ਜਿਹਨਾਂ ਦਾ ਕੋਈ ਮਤਲਬ ਹੀ ਨਿਕਲਦਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਰੱਖਦੇ, ਨਾ ਉਹਦਾ ਕੋਈ ਯੂਜ਼ ਹੁੰਦਾ। ਜਿਵੇਂ ਆਪਾਂ ਅਕਸਰ ਬੋਲਦੇ ਹਾਂ ਚਾਹ ਝੂ, ਵੀ ਆ ਜਾ ਯਾਰ ਘਰ ਦੇ ਵਿੱਚ ਚਾਹ ਝੂ ਪਿਆ ਦਈਏ ਤੈਨੂੰ। ਅਸੀਂ ਚਾਹ ਦਾ ਤਾਂ ਮਤਲਬ ਸਮਝ ਕੇ ਜਿਹੜੀ ਚੂ ਆ ਇਹ ਕਿਸੇ ਕਿਸੇ ਸ਼ਬਦ ਨਾਲ ਜੋੜਿਆ ਜਾਂਦਾ, ਵੀ ਜੇ ਚੂ ਦਾ ਕੋਈ ਮਤਲਬ ਨਹੀਂ ਨਿਕਲਦਾ, ਜੇ ਇਹਨੂੰ ਆਪਾਂ ਅਲੱਗ ਤੋੜ ਕੇ ਲਿਖੀਏ ਵੀ ਭਾਈ ਚੂ, ਹੁਣ ਇੱਥੇ ਲਿਖਤਾ ਮੈਂ ਚੂ, ਹੁਣ ਤੁਸੀਂ ਕਹੋਗੇ ਸਰ ਚੂ ਦਾ ਤਾਂ ਕੋਈ ਮਤਲਬ ਹੀ ਹੈ ਨਹੀਂ, ਕੋਈ ਸ਼ਬਦ ਹੀ ਹੈ ਨਹੀਂ ਆਪਣੇ ਲਈ, ਤਾਂ ਗੱਲ ਹੀ ਖਤਮ ਆ ਨਾ। ਚਲੋ ਅੱਗੇ ਚੱਲਦੇ ਹਾਂ, ਅਗਲਾ ਕੀ ਆਪਣੇ ਕੋਲੇ,
ਵਿਆਕਰਨ ਦੇ ਜਿਹੜੇ ਆ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਚਾਰ ਅੰਗ ਨੇ। ਚਾਰ ਅੰਗਾਂ ਨੂੰ ਪਹਿਲਾਂ ਆਪਾਂ ਕਿਸਦੀ ਅੰਗ ਦੀ ਗੱਲ ਕਰਦੇ ਹਾਂ? ਧੁਨੀ ਬੋਧ। ਪਹਿਲੀ ਦੱਸਤਾ ਤੁਹਾਨੂੰ ਧੁਨੀ ਬੋਧ ਹੁੰਦਾ ਕੀ ਹੈ, ਵੀ ਸਭ ਤੋਂ ਛੋਟੀ ਇਕਾਈ ਹੈ, ਇਹ ਵੀ ਚੀਜ਼ ਤੁਹਾਨੂੰ ਪਤਾ ਲੱਗ ਗਈ, ਸਭ ਤੋਂ ਛੋਟੀ ਇਕਾਈ ਹੈ। ਹੁਣ ਇਹਦੇ ਕਿੰਨੇ ਮੇਨ ਜਿਹੜੇ ਵੰਡ ਨੇ, ਇਹਦੇ ਕਿੰਨੇ ਭਾਗਾਂ ਦੇ ਵਿੱਚ ਧੁਨੀ ਨੂੰ ਵੰਡਿਆ ਹੋਇਆ? ਸਭ ਤੋਂ ਪਹਿਲਾਂ ਤਾਂ ਲਿਖ ਦਿੰਦਾ ਮੈਂ, ਸਭ ਤੋਂ ਛੋਟੀ ਇਕਾਈ, ਇਹਦੀ ਸਭ ਤੋਂ ਛੋਟੀ ਇਕਾਈ ਇਹ ਹੈ। ਔਰ ਦੂਸਰੀ ਚੀਜ਼ ਕੀ ਆਪਣੀ, ਸਭ ਤੋਂ ਛੋਟੀ ਇਕਾਈ ਦੇ ਨਾਲ ਇਹਨੂੰ ਹੋਰ ਭਾਗਾਂ ਵਿੱਚ ਵੰਡ ਨਹੀਂ ਸਕਦੇ, ਤੁਸੀਂ ਲਿਖ ਸਕਦੇ ਹੋ ਆਪਣੇ ਨੋਟਸ 'ਚ ਬਣਾ ਸਕਦੇ। ਇਹਦੇ ਵਿੱਚ ਆਪਾਂ ਇਹਦੀ ਵੰਡ ਕਰਦੇ ਹਾਂ ਧੁਨੀ ਬੋਧ ਦੀ, ਧੁਨੀ ਬੋਧ ਦੀ ਆਪਾਂ ਵੰਡ ਕਰਦੇ ਹਾਂ। ਸੋ ਵੰਡ ਕਰਕੇ ਆਪਣੇ ਕੋਲ ਕੀ ਆਉਂਦਾ, ਇੱਧਰ ਦੇਖਿਓ ਧਿਆਨ ਨਾਲ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਆਉਂਦਾ ਜੀ ਸਵਰ ਤੇ ਵਿਅੰਜਨ। ਆਪਣੀ ਜਿਹੜੀ ਧੁਨੀਆਂ ਨੂੰ ਕਿੰਨਾ ਵਿੱਚ ਵੰਡਦੇ ਆ, ਸਵਰ ਤੇ ਧੁਨੀਆਂ, ਸਵਰ ਤੇ ਵਿਅੰਜਨ ਦੇ ਵਿੱਚ। ਕੁਸ਼ਚਨ ਆਉਂਦਾ ਹੈ ਕਿ ਧੁਨੀ ਬੋਧ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ? ਤੁਸੀਂ ਕਹੋਗੇ ਮੇਨ ਤਾਂ ਦੋ ਹੀ ਆ, ਸਵਰ ਤੇ ਵਿਅੰਜਨ। ਉਸ ਤੋਂ ਬਾਅਦ ਧੁਨੀ ਨੂੰ ਕਿਹਦੇ ਵਿੱਚ ਵੰਡਿਆ ਹੋਇਆ? ਵਰਣਮਾਲਾ ਦੇ ਵਿੱਚ, ਵਰਣਮਾਲਾ ਦੇ ਵਿੱਚ। ਠੀਕ ਹੈ, ਇੱਕ ਪੂਰੀ ਵਰਣਮਾਲਾ ਹੈ ਆਪਣੀ, ਆਪਾਂ ਜਿਹੜੀ ਪੰਜਾਬੀ ਦੀ ਵਰਣਮਾਲਾ ਉਹਦੀ, ਉਹਨੂੰ 35 ਅੱਖਰੀ ਬੋਲਦੇ ਆ। ਹਾਂਜੀ, 35 ਅੱਖਰੀ ਕਿਉਂ ਬੋਲਦੇ ਆ, ਕਿਉਂ ਇਹਦਾ ਆਨਸਰ ਦੇ ਦਿਓ। ਉਸ ਵਿੱਚ ਕੀ ਹੈ ਜੀ, ਲਗਾ ਮਾਤਰਾ ਲੱਗੀਆਂ ਹੋਈਆਂ, ਲਗਾ ਮਾਤਰਾਵਾਂ। ਦੇਖੋ ਆਪਣੀ ਜਿਹੜੀ ਪੰਜਾਬੀ ਦੀ ਵਰਣਮਾਲਾ ਹੈ ਜਾਂ ਧੁਨੀ ਬੋਧ, ਉਹਦੇ ਚ ਲਗਾ ਮਾਤਰਾ ਲੱਗੀਆਂ, ਉਹਦੇ ਨਾਲ ਕੀ ਹੈ, ਲਗਾਖਰ ਵੀ ਆ, ਲਗਾਖਰ ਵੀ ਹੈਗੇ ਆ। ਤੇ ਆਪਣੇ ਕੋਲ ਦੁੱਤ ਅੱਖਰ, ਦੁੱਤ ਅੱਖਰ ਕਿਹੜੇ ਹੁੰਦੇ ਨੇ, ਉਹ ਵੀ ਜਿਹੜੇ ਪੈਰਾਂ ਦੇ ਵਿੱਚ ਲੱਗਦੇ ਉਹਨਾਂ ਨੂੰ ਦੁੱਤ ਅੱਖਰ ਬੋਲਦੇ ਆ। ਇੱਥੋਂ ਕੁਸ਼ਚਨ ਬਣਦੇ ਆ, ਇੱਥੋਂ ਕੁਸ਼ਚਨ ਬਣਦੇ ਆ। ਸੋ ਤਾਂਹੀਓ ਕਹਿ ਰਹੇ ਕਿ ਸਾਰੀ ਚੀਜ਼ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ, ਕਿਤੋਂ ਤੁਹਾਨੂੰ ਇੱਕ ਵੀ ਕੁਸ਼ਚਨ ਕਿਤੇ ਰਹਿ ਨਾ ਜਾਵੇ। ਸੋ ਇਹ ਚੀਜ਼ਾਂ, ਠੀਕ ਹੈ, ਕਲੀ ਕਲੀ ਚੀਜ਼ ਸਮਝ ਲੱਗੀ। ਹੁਣ ਆਪਾਂ, ਮੈਂ ਅੱਜ ਬੇਸਿਕ ਸਾਰਾ ਕੁਛ ਤੁਹਾਨੂੰ ਦੱਸ ਕੇ ਜਾਣਾ ਕਿ ਧੁਨੀ ਬੋਧ ਬਾਰੇ ਗੱਲ ਕਰ ਲਈ। ਹੁਣ ਆਪਾਂ ਗੱਲ ਕਰ ਲਈ ਸ਼ਬਦ ਬੋਧ, ਸ਼ਬਦ ਬੋਧ। ਹੁਣ ਜਿਹੜੇ ਸ਼ਬਦ ਬੋਧ ਨੇ ਉਹਦੇ ਬਾਰੇ ਜਾਣ ਲਓ ਕਿ ਸ਼ਬਦ ਕਿੰਨੇ ਤਰ੍ਹਾਂ ਦੇ ਆ। ਜਦੋਂ ਛੋਟੀਆਂ ਛੋਟੀਆਂ ਧੁਨੀਆਂ ਨੂੰ ਆਪਾਂ ਮਿਲਾਉਂਦੇ ਹਾਂ ਤਾਂ ਫਿਰ ਉਹ ਕੀ ਬਣਦਾ ਆਪਣੇ ਕੋਲੇ, ਸ਼ਬਦ ਬੋਧ ਬਣਦਾ। ਤੇ ਸ਼ਬਦ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇ? ਆਪਾਂ ਸਭ ਤੋਂ ਪਹਿਲਾਂ ਸ਼ਬਦ ਦੇ ਵਿੱਚ ਪੜ੍ਹਦੇ ਹਾਂ ਨਾਮ, ਫਿਰ ਆਪਾਂ ਪੜ੍ਹਦੇ ਹਾਂ ਪੜਨਾਮ, ਫਿਰ ਪੜ੍ਹਦੇ ਆਪਾਂ ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਉਸ ਤੋਂ ਬਾਅਦ ਸੰਬੰਧਕ, ਯੋਜਕ, ਯੋਜਕ ਨੂੰ ਸਹੀ ਕਰਕੇ ਲਿਖ ਦਿੰਦੇ ਹਾਂ, ਔਰ ਲਾਸਟ ਤੇ ਬਿਸਮਿਕ। ਹੁਣ ਤੁਸੀਂ ਇਹ ਨਾ ਪੁੱਛਣ ਬਹਿ ਜਾਓ ਸਰ ਇੱਕ ਬਚਨ ਬਹੁਤ ਬਚਨ ਲਿੰਗ ਬਦਲੂ, ਇਹ ਕਿੱਧਰ ਗਏ, ਇਹਦੇ ਚ ਨਹੀਂ ਆਉਂਦੇ? ਨਹੀਂ, ਇਹਦੇ ਚ ਨਹੀਂ ਆਉਂਦੇ, ਉਹ ਅਰਥ ਬੋਧ ਦੇ ਵਿੱਚ ਆਉਣਗੇ ਬੇਟਾ ਜੀ, ਅਰਥ ਬੋਧ ਦੇ ਵਿੱਚ। ਹੁਣ ਇਹਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਹੋਇਆ ਸ਼ਬਦ ਬੋਧ ਨੂੰ, ਇਹਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਹੋਇਆ। ਜਿਹੜੇ ਪਹਿਲੇ ਚਾਰ ਨੇ, ਇਹ ਪਹਿਲੇ ਚਾਰ ਨੇ, ਇਹਨਾਂ ਨੂੰ ਬੋਲਦੇ ਵਿਕਾਰੀ ਸ਼ਬਦ, ਵਿਕਾਰੀ ਸ਼ਬਦ। ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਿਕਾਰੀ ਸ਼ਬਦ ਕਿਹੜੇ ਨੇ, ਜਿਹੜੇ ਇਹ ਲਾਸਟ ਵਾਲੇ ਨੇ ਇਹਨਾਂ ਨੂੰ ਲਿਖਦੇ ਆ ਵਿਕਾਰੀ ਸ਼ਬਦ। ਠੀਕ ਹੈ, ਇੰਨਾ ਪਤਾ ਲੱਗ ਗਿਆ ਕਿ ਇਹ ਸਾਰੀ ਚੀਜ਼ ਹੈ ਸ਼ਬਦ ਬੋਧ ਦੇ ਵਿੱਚ ਹੈ। ਤੁਹਾਨੂੰ ਮੈਂ ਅਲੱਗ ਤੋਂ ਕਰਵਾਊਂਗਾ ਵਿਕਾਰੀ ਸ਼ਬਦ ਕਿਹੜੇ ਨੇ, ਆ ਵਿਕਾਰੀ ਸ਼ਬਦ ਕਿਉਂ ਕਹਿੰਦੇ ਨੇ, ਸਾਰੀ ਚੀਜ਼ ਆਪਾਂ ਅਲੱਗ ਅਲੱਗ ਚੈਪਟਰ ਦੇ ਵਿੱਚ ਕਰਾਂਗੇ। ਮੇਨ ਇਹੀ ਆ ਕਿ ਜਿਹੜੀ ਸਟਾਰਟਿੰਗ ਚੀਜ਼ ਆ ਤੁਹਾਨੂੰ ਇਹ ਸਮਝ ਲੱਗ ਜਾਏ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਵਾਕ ਬੋਧ, ਆਪਾਂ ਬੋਲਦੇ ਹਾਂ ਵਾਕ ਬੋਧ, ਆਪਣੇ ਕੋਲ ਕੀ ਆਇਆ, ਆਪਣੇ ਕੋਲ ਆ ਵਾਕ ਬੋਧ। ਹੁਣ ਵਾਕ ਕਿੰਨੇ ਤਰ੍ਹਾਂ ਦੇ ਨੇ, ਹੁਣ ਵਾਕ ਕਿੰਨੇ ਤਰ੍ਹਾਂ ਦੇ ਨੇ ਦੱਸੋ? ਤਿੰਨ ਤਰ੍ਹਾਂ ਦੇ। ਆਪਾਂ ਪਹਿਲਾਂ ਬੋਲਦੇ ਹਾਂ ਕਾਰਕ ਪੜ੍ਹਦੇ ਹਾਂ,
ਦੂਸਰਾ ਪੜ੍ਹਦੇ ਆਪਾਂ ਕਾਲ ਪੜ੍ਹਦੇ ਹਾਂ। ਕਾਲ ਕਿੰਨੇ ਤਰ੍ਹਾਂ ਦਾ, ਇਹ ਵੀ ਤਿੰਨ ਤਰ੍ਹਾਂ ਦਾ ਕੁਸ਼ਚਨ ਹੁੰਦਾ, ਤਿੰਨ ਤਰ੍ਹਾਂ ਦਾ ਹਨਾ। ਇਹਦੇ ਵਿੱਚ ਕਿਹੜਾ ਕਿਹੜਾ ਆਪਾਂ ਲਿਖਦੇ ਹਾਂ ਜੀ, ਵਕਤ, ਵਰਤਮਾਨ ਕਾਲ, ਦੂਸਰਾ ਭੂਤ ਕਾਲ ਜਿਹੜਾ ਲੰਘ ਚੁੱਕਿਆ, ਔਰ ਜਿਹੜਾ ਤੀਸਰਾ ਉਹਨੂੰ ਆਪਾਂ ਬੋਲਦੇ ਹਾਂ ਭਵਿੱਖ ਕਾਲ, ਜਿਹੜਾ ਆਉਣ ਵਾਲਾ ਸਮਾਂ ਜਿਹੜਾ ਇਸ ਸਮੇਂ ਚੱਲ ਰਿਹਾ ਉਹਨੂੰ ਆਪਾਂ ਵਰਤਮਾਨ ਕਾਲ ਦੇ ਨਾਮ ਲਿਖਦੇ ਹਾਂ, ਜਾਣਦੇ ਹਾਂ। ਉਸ ਤੋਂ ਬਾਅਦ ਕੀ ਆਪਣੇ ਕੋਲੇ, ਆਪਣੇ ਕੋਲੇ ਆ ਬਿਸਮਿਕ, ਬਿਸਮਿਕ ਚਿੰਨ। ਬੇਟਾ ਜੀ ਬਿਸਮਿਕ ਅਲੱਗ ਨੇ ਔਰ ਬਿਸਮਿਕ ਚਿੰਨ ਅਲੱਗ ਨੇ, ਇਹਦੇ ਵਿੱਚ ਕਨਫਿਊਜ਼ਨ ਨਾ ਹੋ ਜਾਓ, ਕਨਫਿਊਜ਼ ਨਾ ਹੋ ਜਾਓ। ਇਹ ਚੀਜ਼ਾਂ ਆਪਾਂ ਪੜ੍ਹਾਂਗੇ ਵਾਕਪੋ ਦੇ ਵਿੱਚ। ਅਗਲਾ ਕੀ ਆਪਣੇ ਕੋਲੇ, ਅਗਲਾ ਕੀ ਆਪਣੇ ਕੋਲੇ, ਚੌਥੇ ਨੰਬਰ ਤੇ ਆ ਗਿਆ ਆਪਣੇ ਕੋਲੇ ਜੀ ਅਰਥ ਬੋਧ। ਹੁਣ ਤੁਸੀਂ ਕਹੋਗੇ ਲਓ ਜੀ ਹੁਣ ਤੁਹਾਡੇ ਕੋਲੇ ਆ ਗਿਆ ਅਰਥ ਬੋਧ, ਹੁਣ ਤੁਹਾਨੂੰ ਪਤਾ ਲੱਗ ਜਾਏਗਾ ਇਹਦੇ ਵਿੱਚ ਕੀ ਆ ਰਿਹਾ। ਇਹਦੇ ਵਿੱਚ ਆ ਰਿਹਾ ਸਭ ਤੋਂ ਪਹਿਲਾਂ ਸਮਾਨਾਰਥਕ ਸ਼ਬਦ। ਹੁਣ ਜਿਹੜੇ ਸਮਾਨ, ਇੱਕੋ ਜਿਹੇ ਸ਼ਬਦ ਨੇ ਜਿਨ੍ਹਾਂ ਦਾ ਮਤਲਬ ਇੱਕ ਨਿਕਲਦਾ, ਉਹਨਾਂ ਨੂੰ ਆਪਾਂ ਸਮਾਨਾਰਥਕ ਬੋਲਦੇ ਹਾਂ। ਪੰਜਾਬੀ ਵਿੱਚ ਬੋਲਦੇ ਆ ਸਿਨੋਨੀਅਮ, ਠੀਕ ਹੈ, ਔਰ ਇੰਗਲਿਸ਼ ਦੇ ਵਿੱਚ, ਸੋਰੀ ਇੰਗਲਿਸ਼ ਦੇ ਵਿੱਚ ਹੈ। ਉਸ ਤੋਂ ਬਾਅਦ ਆਪਾਂ ਬੋਲਦੇ ਹਾਂ ਵਿਰੋਧੀ ਸ਼ਬਦ। ਵਿਰੋਧੀ ਸ਼ਬਦ ਕਿਹੜੇ ਹੁੰਦੇ ਨੇ, ਐਂਟੋਨੀਅਮ, ਐਂਟੋਨੀਅਮ ਏਦਾਂ ਕਰਕੇ ਲਿਖਦੇ ਆ ਨਾ। ਔਰ ਤੀਸਰਾ ਕੀ ਆਪਣੇ ਕੋਲੇ, ਮੁਹਾਵਰੇ। ਅਤੇ ਅਖਾਣ, ਇਹ ਸਾਰੇ ਇਹਦੇ 'ਚ ਆਉਂਦੇ ਨੇ। ਔਰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ ਨਾ, ਬਹੁਤੇ ਇੱਕ ਸ਼ਬਦ, ਲਿੰਗ ਪੁਲਿੰਗ, ਲਿੰਗ ਬਦਲੋ, ਸਾਰਾ ਕੁਛ ਇਹਦੇ 'ਚ ਆਉਂਦਾ। ਬਹੁ ਆਰਥਿਕ ਸ਼ਬਦ, ਬਹੁ ਆਰਥਿਕ ਸ਼ਬਦ, ਇਹ ਸਾਰੇ ਕੀ ਨੇ ਆਪਣੇ ਕੋਲੇ, ਅਰਥ ਬੋਧ ਦੇ ਵਿੱਚ ਆਉਂਦੇ ਨੇ। ਹੁਣ ਦੇਖੋ ਅਗਲੀ ਚੀਜ਼ ਜਿਹੜੀ ਮੈਂ ਤੁਹਾਨੂੰ ਕਰਵਾਉਣ ਜਾ ਰਿਹਾ। ਆਪਾਂ ਸਭ ਤੋਂ ਪਹਿਲਾਂ ਧੁਨੀ ਬੋਧ ਨੂੰ ਦੇਖਦੇ ਹਾਂ। ਧੁਨੀ ਬੋਧ ਤੋਂ ਪਹਿਲਾਂ ਆਪਾਂ ਨੂੰ ਸ਼ਬਦ ਬੋਧ ਬਾਰੇ ਪਤਾ ਹੋਣਾ ਚਾਹੀਦਾ, ਸ਼ਬਦ ਬੋਧ ਹੁੰਦਾ ਕੀ ਹੈ, ਠੀਕ ਹੈ। ਧੁਨੀ ਵਾਲਾ ਚੈਪਟਰ ਬਹੁਤ ਜ਼ਿਆਦਾ ਲੰਮਾ ਆ, ਉਹ ਆਪਣੇ ਪੇਪਰ ਦੇ ਵਿੱਚ ਨਹੀਂ ਆਉਂਦਾ। ਸੋ ਮੋਟੀ ਮੋਟੀ ਚੀਜ਼ ਜਾਣ ਲਓ ਕਿ ਸ਼ਬਦਾਂ ਦੇ ਵਿੱਚੋਂ ਜ਼ਿਆਦਾ ਆਉਂਦਾ ਸ਼ਬਦ ਕੀ ਨੇ, ਸ਼ਬਦ ਬੋਧ, ਠੀਕ ਹੈ। ਸ਼ਬਦ ਬੋਧ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਸ਼ਬਦ ਬੋਧ ਬਾਰੇ। ਇਹ ਸ਼ਬਦ ਬੋਧ ਕੀ ਹੈ ਜੀ, ਧੁਨੀਆਂ ਨੂੰ, ਧੁਨੀਆਂ ਦਾ ਲਿਖਤੀ ਰੂਪ ਹੈ। ਇੱਕ ਹੈ ਜੀ, ਆਪਾਂ ਇਹਨੂੰ ਲਿਖਦੇ ਹਾਂ ਧੁਨੀਆਂ ਦਾ ਲਿਖਤੀ ਰੂਪ, ਬਾਅਦ ਦੇ ਵਿੱਚ ਅੱਖਰ ਜਾਂ ਵਰਨ ਦਾ ਰੂਪ ਲੈਂਦੇ ਨੇ। ਚਲੋ ਇਹ PDF ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਹੁਣ ਕਹਿੰਦੇ ਸ਼ਬਦਾਂ ਦੀ ਵੰਡ, ਹੁਣ ਸ਼ਬਦਾਂ ਦੀ ਵੰਡ ਕਿਸਦੇ ਆਧਾਰ ਤੇ ਆ, ਅਰਥ ਦੇ ਆਧਾਰ ਤੇ। ਪਹਿਲੀ ਚੀਜ਼ ਆਪਾਂ ਇਹਦੀ ਗੱਲ ਕਰਾਂਗੇ, ਸ਼ਬਦ ਦੀ ਵੰਡ ਆ ਜਿਹੜੀ, ਸ਼ਬਦ ਬੋਧ ਦੀ ਵੰਡ ਆ ਅਰਥ ਦੇ ਆਧਾਰ ਤੇ। ਹੁਣ ਕਿਵੇਂ ਆ, ਹੁਣ ਦੇਖੋ ਸ਼ਬਦ ਆਪਾਂ ਨੂੰ ਦੋ ਤਰ੍ਹਾਂ ਦੇ ਸ਼ਬਦ ਮਿਲਦੇ ਨੇ, ਜਿਵੇਂ ਪਹਿਲਾਂ ਦੱਸ ਕੇ ਲਿਆ ਤੁਹਾਨੂੰ, ਹਨਾ। ਸ਼ਬਦ ਕਿੰਨੇ ਤਰ੍ਹਾਂ ਦੇ ਨੇ, ਦੋ ਤਰ੍ਹਾਂ ਦੇ ਸ਼ਬਦ ਨੇ। ਕਿਹੜੇ ਕਿਹੜੇ ਨੇ, ਇੱਕ ਤਾਂ ਹੋ ਗਏ ਕਿਹੜੇ ਕਿਹੜੇ, ਅਸਾਰਥਿਕ, ਜਿਹਨੂੰ ਆਪਾਂ ਸਾਰਥਿਕ ਬੋਲਦੇ ਹਾਂ। ਹੁਣ ਸਾਰਥਿਕ ਸ਼ਬਦ ਕਿਹੜੇ ਨੇ, ਜਿਨ੍ਹਾਂ ਦਾ ਅਰਥ ਜਾਂ ਮਤਲਬ ਨਿਕਲਦਾ ਹੋਵੇ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਸਾਰਥਿਕ ਸ਼ਬਦ। ਔਰ ਇੱਕ ਥਾਂ ਤੇ ਆ ਗਿਆ ਨਿਰਾਰਥਿਕ, ਨਿਰਾਰਥਿਕ ਜਿਹੜਾ ਨਿਗਾ, ਨਿਰਾਰਥਿਕ ਸ਼ਬਦ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ, ਕੋਈ
ਜਿਹਦਾ ਕੋਈ ਅਰਥ ਨਹੀਂ ਨਿਕਲਦਾ, ਕੋਈ ਮਤਲਬ ਨਹੀਂ ਨਿਕਲਦਾ। ਦੋ ਤਰ੍ਹਾਂ ਦੇ ਨੇ ਇਹੀ ਚੀਜ਼ਾਂ ਕਿ ਇੱਕ ਤਾਂ ਆਪਾਂ ਅੱਗੇ ਲਿਖਾਂਗੇ ਇਹਨੂੰ ਸਾਰਥਿਕ ਨਿਰਾਰਥਿਕ, ਦੋ ਤਰ੍ਹਾਂ ਦੇ ਸ਼ਬਦ ਆਪਾਂ ਇਹਦੇ ਵਿੱਚ ਪੜ੍ਹੇ ਆ, ਬਸ ਇੰਨਾ ਜਾਣ ਲਓ ਇਹਦਾ, ਕੋਈ ਆਪਾਂ ਕੰਪੀਟੀਟਿਵ ਐਗਜ਼ਾਮ ਨਹੀਂ ਦੇ ਰਹੇ। ਉਸ ਤੋਂ ਬਾਅਦ ਕਹਿੰਦੇ ਜੀ ਰੂਪ ਦੇ ਆਧਾਰ ਤੇ, ਹੁਣ ਆਪਾਂ ਗੱਲ ਕਰੇ ਸ਼ਬਦਾਂ ਦੇ, ਸ਼ਬਦਾਂ ਦੇ ਰੂਪ ਦੇ ਆਧਾਰ ਤੇ ਇਹ ਵੀ ਕਿੰਨੇ ਤਰ੍ਹਾਂ ਦੇ ਸ਼ਬਦਾਂ ਦੇ ਰੂਪ ਦੇ ਆਧਾਰ ਤੇ, ਇਹ ਵੀ ਦੋ ਤਰ੍ਹਾਂ ਦੇ ਨੇ ਆਪਾਂ ਲਿਖਦੇ ਹਾਂ ਇਹਨੂੰ, ਵਿਕਾਰੀ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ, ਠੀਕ ਹੈ ਵਿਕਾਰੀ, ਕਿ ਆਪਣੇ ਕੋਲ ਵਿਕਾਰੀ ਹੈ ਇੱਕ, ਆਪਣੇ ਕੋਲ ਅਵਿਕਾਰੀ ਹੈ। ਹੁਣ ਇਹਨੂੰ ਸਮਝ ਲਓ ਵੀ ਵਿਕਾਰੀ ਕਿਹੜੇ ਨੇ ਅਵਿਕਾਰੀ ਕਿਹੜੇ ਨੇ, ਜੋ ਸ਼ਬਦ ਬਦਲ ਸਕਦੇ ਨੇ, ਜੋ ਸ਼ਬਦ ਬਦਲ ਸਕਦੇ ਹਨ, ਜਿਹੜੇ ਸ਼ਬਦ ਬਦਲ ਨਹੀਂ ਸਕਦੇ। ਤੋ ਪਤਾ ਲੱਗ ਗਿਆ ਕੁਸ਼ਚਨ ਬਣਦਾ ਹੈ ਇੱਥੋਂ ਕਿ ਜੀ ਵਿਕਾਰੀ ਸ਼ਬਦ ਕਿਹੜੇ ਨੇ, ਤੁਸੀਂ ਕਹੋਗੇ ਜਿਹੜੇ ਸ਼ਬਦ ਬਦਲ ਸਕਦੇ ਆ, ਔਰ ਅਵਿਕਾਰੀ ਜਿਹਦੇ ਵਿੱਚ ਕੁਛ ਬਦਲਾਵ ਨਹੀਂ ਆਉਂਦਾ, ਬਸ ਇੰਨਾ ਕੁ ਜਾਣ ਲਓ। ਜਿਵੇਂ ਕਿ ਹੁਣ ਆਪਾਂ ਵਿਕਾਰੀ ਸ਼ਬਦ ਦੀ ਉਦਾਹਰਣ ਲੈ ਲਈਏ, ਮੁੰਡਾ, ਮੁੰਡਾ ਤਾਂ ਹੈ ਤਾਂ ਨਾਮ, ਪਰ ਇਹ ਕੀ ਹੈ, ਮੁੰਡੇ ਤੋਂ ਮੁੰਡੇ ਮੁੰਡਿਆ ਬਣ ਜਾਂਦਾ, ਮੁੰਡੇ ਬਣ ਜਾਂਦਾ, ਜਿਵੇਂ ਦੂਸਰੀ ਸਾਈਡ ਤੇ ਕੁੜੀ ਹੋ ਗਿਆ, ਕੁੜੀਆਂ ਬਣ ਜਾਂਦਾ। ਇਸ ਤਰ੍ਹਾਂ ਦੇ ਸ਼ਬਦ ਆ ਜਿਹੜੇ ਬਦਲ ਜਾਂਦੇ ਨੇ, ਉਹਨਾਂ ਨੂੰ ਆਪਾਂ ਵਿਕਾਰੀ ਸ਼ਬਦ ਬੋਲਦੇ ਹਾਂ। ਇੰਨਾ ਸਮਝ ਲੱਗ ਗਿਆ, ਬਸ ਇਸ ਤੋਂ ਜ਼ਿਆਦਾ ਨਹੀਂ ਹੈ। ਹੁਣ ਇੱਥੋਂ ਕੁਸ਼ਚਨ 2017 ਦੇ ਵਿੱਚੋਂ ਆਪਣੇ 2017 ਪੇਪਰ ਬੀਐਡ 2017 ਪੇਪਰ ਤੁਸੀਂ ਦੇਖਿਓ, ਸੈਟ ਨੰਬਰ ਏ, ਉਹਦੇ ਵਿੱਚ ਕੁਸ਼ਚਨ ਪੁੱਛਿਆ ਹੋਇਆ ਪੰਜਾਬੀ ਦੇ ਵਿੱਚ, ਕਿਹੜਾ ਕੁਸ਼ਚਨ ਆ, ਕਹਿੰਦੇ ਜੀ ਤਤਸਮ ਸ਼ਬਦ ਕਿਹੜੇ ਨੇ, ਤਤਸਮ ਸ਼ਬਦ ਕਿਹੜੇ ਨੇ, ਇਹ ਕੁਸ਼ਚਨ ਆਇਆ ਹੋਇਆ, ਬਹੁਤ ਜ਼ਰੂਰੀ ਕੁਸ਼ਚਨ ਆ, ਇਸ ਕਰਕੇ ਤੇ ਇੱਦਾਂ ਲਿਖ ਲਓ, ਕਿਉਂਕਿ ਇਹ ਓਲਡੈਸਟ ਜਿਹੜਾ ਹੈ ਤੁਹਾਡਾ PYQ ਦੇ ਵਿੱਚ ਲਿਖ ਸਕਦਾ। ਉਤਪੱਤੀ ਦੇ ਆਧਾਰ ਤੇ ਕਿੰਨਾ ਜੀ, ਹੁਣ ਸ਼ਬਦਾਂ ਦੀ ਉਤਪੱਤੀ ਕਿਵੇਂ ਹੋਈ ਆ, ਉਤਪੱਤੀ ਦਾ ਮਤਲਬ ਵੀ ਆਪਾਂ ਉਤਪੱਤੀ ਦੇ ਆਧਾਰ ਤੇ ਲਿਖਦੇ ਹਾਂ, ਹੁਣ ਉਤਪੱਤੀ ਕਿਵੇਂ ਕਿਵੇਂ ਹੋਈ ਆ, ਕਿਵੇਂ ਆਪਾਂ ਨੂੰ ਸ਼ਬਦ ਮਿਲਿਆ, ਤਾਂ ਤਿੰਨ ਤਰ੍ਹਾਂ ਦੇ ਸ਼ਬਦ ਮਿਲੇ ਆ, ਹੁਣ ਉਹ ਦੇਖਦੇ ਹਾਂ। ਪਹਿਲਾਂ ਤਾਂ ਆਪਾਂ ਤਤਸਮ, ਤਤਸਮ ਠੀਕ ਹੈ ਜੀ, ਪਹਿਲਾਂ ਆਪਣੇ ਕੋਲ ਤਤਸਮ ਹੋ ਗਿਆ, ਉਹ ਤੋਂ ਬਾਅਦ ਤਦਭਵ ਸ਼ਬਦ ਹੋ ਗਏ, ਔਰ ਜਿਹੜਾ ਆਪਣੇ ਕੋਲ ਲਾਸਟ ਦੇ ਵਿੱਚ ਆ ਦੇਸੀ ਹੋ ਗਏ, ਜਿਹੜੇ ਕਿ ਆਪਾਂ ਅਕਸਰ ਆਮ ਭਾਸ਼ਾ ਦੇ ਵਿੱਚ ਲਿਖਦੇ ਹਾਂ। ਹੁਣ ਜਿਹੜੀ ਤਤਸਮ, ਇਹ ਕੁਸ਼ਚਨ ਆਇਆ ਹੋਇਆ ਆਪਣੇ ਬੀਐਡ ਸੈਟ ਏ ਚ 2017 ਦੇ ਪੇਪਰ ਦੇ ਵਿੱਚ, ਕਹਿੰਦੇ ਜੀ ਜੋ ਸ਼ਬਦ ਹੋਰਾਂ ਭਾਸ਼ਾ ਤੋਂ ਲੈ ਕੇ ਆਪਾਂ ਹੂ ਬੂ ਹੂ ਯੂਜ ਕਰਦੇ ਹਾਂ, ਹੁਣ ਜਿਹੜੇ ਆਪਾਂ ਕਿਸੇ ਹੋਰ ਭਾਸ਼ਾ ਤੋਂ, ਕਿਸੇ ਹੋਰ ਭਾਸ਼ਾ ਤੋਂ ਲਏ ਆ, ਠੀਕ ਹੈ, ਸੇਮ ਟੂ ਸੇਮ, ਜਿਵੇਂ ਆਪਾਂ ਬੋਲਦੇ ਹਾਂ ਕਵੀ ਹਿੰਦੀ ਦੇ ਵਿੱਚ, ਉੱਦਾਂ ਹੀ ਪੰਜਾਬੀ ਵਿੱਚ ਬੋਲਦੇ ਹਾਂ ਕਵੀ, ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਲਿਖਿਆ ਕਾਰ ਤਾਂ ਪੰਜਾਬੀ ਵਿੱਚ ਵੀ ਲਿਖਤਾ ਕਾਰ, ਇਹ ਸਾਰੇ ਸ਼ਬਦ ਕੀ ਆਪਾਂ ਹੋਰ ਭਾਸ਼ਾ ਤੋਂ ਲਏ ਆ, ਉਹਨਾਂ ਨੂੰ ਬੋਲਦੇ ਆ ਤਤਸਮ ਸ਼ਬਦ। ਔਰ ਤਦਭਵ ਕਿਹੜੇ ਸ਼ਬਦ ਨੇ, ਜਿਹੜੇ ਹੋਰ ਭਾਸ਼ਾ ਵਿੱਚ ਪਰਿਵਰਤਨ ਹੋਏ ਆ, ਕਿ ਆਪਾਂ ਕਿਸੇ ਹੋਰ ਭਾਸ਼ਾ ਤੋਂ ਲਏ ਆ, ਬਟ ਉਹਦੇ ਵਿੱਚ ਕੀ ਆ ਗਿਆ, ਪਰਿਵਰਤਨ ਆ ਗਿਆ, ਪਰਿਵਰਤਨ ਜਾਂ ਬਦਲਾਵ, ਹੁਣ ਉਹਦੇ ਵਿੱਚ ਆ ਗਿਆ ਬਦਲਾਵ। ਹੁਣ ਦੇਖੋ ਦੇਖੋ ਆਪਾਂ ਹਿੰਦੀ ਵਿੱਚ ਬੋਲਦੇ ਹਾਂ ਸ਼ਿਕਸ਼ਾ, ਹੈ ਨਾ, ਸ਼ਿਕਸ਼ਾ, ਤਾਂ ਉਹ ਆਪਾਂ ਲਿਖਦੇ ਹਾਂ ਸਿੱਖਿਆ ਪੰਜਾਬੀ ਵਿੱਚ ਤਾਂ, ਔਰ ਦੂਸਰਾ ਆਪਾਂ ਬੋਲਦੇ ਹਾਂ ਇੰਗਲਿਸ਼ ਦੇ ਵਿੱਚ ਬੋਲਦੇ ਸੌਸ, ਔਰ ਆਪਾਂ ਪੰਜਾਬੀ ਵਿੱਚ ਬੋਲਦੇ ਚਟਨੀ, ਜਿਹੜੀ ਖਾਂਦੇ ਹਾਂ ਨਾ ਆਪਾਂ, ਸ਼ਿਕਸ਼ਾ ਹੋ ਗਈ, ਬਹੁਤ ਸਾਰੇ ਇਹੋ ਜਿਹੇ ਹੋਰ ਵੀ ਸ਼ਬਦ ਆ
ਜਿਹੜੇ ਕਿ ਇੱਦਾਂ ਲਿਖੇ ਜਾਂਦੇ ਆ ਕਿ ਉਹਨਾਂ ਦਾ ਨਾਮ ਚੇਂਜ ਹੋ ਗਿਆ। ਚਲੋ ਇਹਨੂੰ ਮੈਂ ਸਹੀ ਕਰ ਦਿੰਦਾ, ਕਈ ਵਾਰੀ ਉਲਝ ਜਾਓਗੇ ਤੁਸੀਂ। ਠੀਕ ਹੈ, ਸ਼ਿਕਸ਼ਾ ਨੂੰ ਆਪਾਂ ਸਿੱਖਿਆ ਲਿਖਦੇ ਹਾਂ। ਹੁਣ ਦੇਸੀ ਸ਼ਬਦ ਕਿਹੜੇ ਨੇ ਜਿਹੜੇ ਆਪਾਂ ਘਰੇਲੂ ਯੂਜ਼ ਦੇ ਵਿੱਚ ਵਰਤਦੇ ਹਾਂ, ਘਰੇਲੂ ਸ਼ਬਦ? ਹੁਣ ਜਿਵੇਂ ਆਪਾਂ ਲਿਖਦੇ ਹਾਂ ਮੱਝ, ਕੱਟੀ, ਖੇਤ, ਕਹੀ, ਇਹੋ ਜਿਹੇ ਸ਼ਬਦ ਜਿਹੜੇ ਕਿ ਇੱਦਾਂ ਆ ਵੀ ਡਿਫਰੈਂਟ ਤਰ੍ਹਾਂ ਦੇ ਨੇ। ਆਪਾਂ ਨੂੰ ਇੱਦਾਂ ਪ੍ਰੋਪਰ ਇਹ ਨਹੀਂ ਕਹਿ ਸਕਦੇ ਕਿ ਇਹ ਕਿਸੇ ਭਾਸ਼ਾ ਨਾਲ ਬਿਲੋਂਗ ਕਰਦੇ ਹੋਣਗੇ, ਪਰ ਆਪਣੀ ਪੰਜਾਬੀ ਭਾਸ਼ਾ ਦੇ ਸ਼ਬਦ ਆ ਜੇ ਆਪਾਂ ਪੰਜਾਬੀ ਪੜ੍ਹਦੇ ਪਏ ਹਾਂ ਤਾਂ। ਠੀਕ ਹੈ, ਇਹੀ ਕੁਛ ਉਤਪੱਤੀ ਦੇ ਆਧਾਰ ਤੇ ਆਉਂਦਾ ਹੈ। ਅਗਲਾ ਕੀ ਹੈ, ਬਣਤਰ। ਹੁਣ ਜਿਹੜੇ ਸ਼ਬਦ ਕਿਵੇਂ ਬਣੇ ਆ, ਆਪਾਂ ਬਣਤਰ ਦੇ ਆਧਾਰ ਤੇ, ਹੁਣ ਬਣਤਰ ਦੇ ਆਧਾਰ ਤੇ ਗੱਲ ਕਰੀਏ ਕਿੰਨੇ ਤਰ੍ਹਾਂ ਦੇ ਨੇ। ਆਪਾਂ ਇਹਨੂੰ ਦੋ ਤਰ੍ਹਾਂ ਦੇ ਜਾਣਦੇ ਹਾਂ, ਦੋ ਤਰ੍ਹਾਂ ਦੇ ਕਿਹੜੇ ਕਿਹੜੇ ਨੇ। ਇੱਕ ਮੂਲ ਹੋ ਗਿਆ, ਮੂਲ ਸ਼ਬਦ, ਔਰ ਦੂਸਰਾ ਜਿਹੜਾ ਹੋ ਗਿਆ ਆਪਣੇ ਕੋਲ ਰਚਿਤ, ਜਿਹਨੂੰ ਆਪਾਂ ਯੌਗਿਕ ਬੋਲਦੇ ਹਾਂ, ਯੌਗਿਕ ਸ਼ਬਦ। ਹੁਣ ਇਹਨਾਂ ਵਿੱਚ ਕੀ ਡਿਫਰੈਂਸ ਆ? ਦੇਖੋ, ਮੂਲ ਸ਼ਬਦਾਂ ਨੂੰ ਆਪਾਂ ਧਾਤੂ ਵੀ ਬੋਲਦੇ ਹਾਂ, ਧਾਤੂ ਸ਼ਬਦ, ਜਾਂ ਇਹਨੂੰ ਆਪਾਂ ਰੂੜ ਸ਼ਬਦ ਵੀ ਬੋਲਦੇ। ਠੀਕ ਹੈ, ਇਹ ਕਿਹੜੇ ਨੇ? ਜਿਵੇਂ ਕਿ ਆਪਾਂ ਘਰ ਕਹਿ ਦਈਏ, ਘਰ, ਮੁੰਡਾ, ਕੁੜੀ। ਹੁਣ ਇਹ ਸ਼ਬਦਾਂ ਨੂੰ ਆਪਾਂ ਹੋਰ ਭਾਗਾਂ ਵਿੱਚ ਤੋੜ ਨਹੀਂ ਸਕਦੇ, ਦੀ ਬਣਤਰ ਬਣੀ ਹੈ, ਮੂਲ ਸ਼ਬਦ ਨੇ, ਘਰ ਨੂੰ ਹੋਰ ਨਹੀਂ ਬਦਲ ਸਕਦੇ। ਠੀਕ ਹੈ, ਜਿਨ ਦੋ ਧੁਨੀਆਂ ਜੋੜ ਕੇ ਇੱਕ ਧੁਨੀਆਂ ਬਣਾਉਂਦੇ, ਸ਼ਬਦ ਬਣਾਉਂਦੇ, ਉਹ ਸ਼ਬਦਾਂ ਨੂੰ ਹੋਰ ਤੋੜ ਨਹੀਂ ਸਕਦੇ, ਉਹਨਾਂ ਨੂੰ ਮੂਲ ਸ਼ਬਦ ਬੋਲਦੇ ਹਾਂ। ਦੂਸਰਾ ਆ ਗਿਆ ਆਪਾਂ ਰਚਿਤ ਜਾਂ ਯੋਗਿਕ। ਇਹਦੇ ਵਿੱਚ ਕੀ ਹੁੰਦਾ ਕਿ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਆਪਾਂ ਅਗੇਤਰ ਜਾਂ ਪਛੇਤਰ ਲਗਾਉਣੇ ਆ। ਅਗੇਤਰ ਜਾਂ ਪਛੇਤਰ ਦੀ ਵਰਤੋਂ ਕਰਦੇ ਹਾਂ, ਜਿਹਦੇ ਕਰਕੇ ਜਿਹੜਾ ਸ਼ਬਦ ਹੁੰਦਾ ਉਸ ਸ਼ਬਦ ਦਾ ਜਿਹੜਾ ਰੂਪ ਬਦਲ ਜਾਂਦਾ ਔਰ ਮਤਲਬ ਵੀ ਬਦਲ ਜਾਂਦਾ। ਠੀਕ ਹੈ, ਕੀ ਬਦਲ ਜਾਂਦਾ? ਮਤਲਬ ਵੀ ਬਦਲ ਜਾਂਦਾ। ਹੁਣ ਤੁਸੀਂ ਇਹ ਦੇਖਿਓ ਕਿਵੇਂ। ਹੁਣ ਦੇਖੋ, ਆਪਾਂ ਘਰ ਲਿਖਿਆ, ਅੱਗੇ ਲਿਖਦਾ ਬੇਘਰ। ਹੁਣ ਦੇਖੋ, ਸ਼ਬਦ ਅੱਗੇ ਲਾਤਾ ਨਾ ਅਗੇਤਰ, ਬੇਘਰ। ਹੁਣ ਮੁੰਡਾ ਮਤਲਬ ਕਿ ਇੱਕ ਇਮਾਨ ਸੀਗਾ, ਇਮਾਨ ਸੀਗਾ, ਹੈ ਨਾ। ਬੋਲੋ, ਬਹੁਤ ਸਾਰੇ ਸ਼ਬਦ ਨੇ ਇੱਦਾਂ ਦੇ, ਇਮਾਨ ਦੇ। ਬੇਸਹਾਰਾ, ਜਿਵੇਂ ਆਪਾਂ ਲਿਖਦੇ ਹਾਂ ਬੇਸਹਾਰਾ, ਇਮਾਨਦਾਰੀ ਹੋ ਗਈ, ਇਹ ਸ਼ਬਦ ਨੇ। ਇਮਾਨ ਹੋ ਗਿਆ, ਬਰਦਾਰੀ ਸ਼ਬਦ ਲਾਤਾ, ਹੈ ਨਾ। ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਇਹ ਕੀ ਨੇ? ਰਚਿਤ ਨੇ, ਜਿਹੜੇ ਬਾਅਦ ਵਿੱਚ ਹੋਏ ਆ, ਮੂਲ ਸ਼ਬਦ ਉਹਨੇ ਜਿਹੜੇ ਤੁਸੀਂ ਤੋੜ ਨਹੀਂ ਸਕਦੇ ਹੋਰ ਭਾਗ ਵਿੱਚ, ਉਹਨਾਂ ਨੂੰ ਆਪਾਂ ਮੂਲ ਸ਼ਬਦ ਆਖਦੇ ਹਾਂ। ਤੁਹਾਨੂੰ ਕਰਵਾਇਆ ਸੀ ਵਿਆਕਰਨ, ਠੀਕ ਹੈ। ਮੈਂ ਤੁਹਾਨੂੰ ਪਹਿਲੇ ਦੱਸਤਾ ਵਿਆਕਰਨਿਕ ਅਰਥ, ਵਿਆਕਰਨਿਕ ਉਹੀ ਹੈ ਜੀ, ਇਹਦੇ ਵਿੱਚ ਕੁਛ ਨਹੀਂ ਆਉਂਦਾ। ਤੁਹਾਨੂੰ ਇਹ ਦੋ ਸ਼ਬਦਾਂ ਦਾ ਪਤਾ ਹੋਣਾ ਚਾਹੀਦਾ, ਵਿਕਾਰੀ ਸ਼ਬਦ ਕਿਹੜੇ ਨੇ ਤੇ ਅਵਿਕਾਰੀ ਸ਼ਬਦ ਕਿਹੜੇ ਨੇ। ਹੁਣ ਇੱਥੋਂ ਕੁਸ਼ਚਨ ਆ ਸਕਦਾ, ਵਿਕਾਰੀ ਸ਼ਬਦ, ਅਵਿਕਾਰੀ ਸ਼ਬਦ, ਇਹ ਕੀ ਹੈ ਜੀ? ਹੁਣੇ ਕਰਵਾ ਕੇ ਹਟੇ ਹਾਂ, ਅਵਿਕਾਰੀ ਸ਼ਬਦ ਕਿਹੜੇ ਨੇ, ਅਵਿਕਾਰੀ ਕਿਹੜੇ ਨੇ। ਠੀਕ ਹੈ, ਜਿਹੜੇ ਬਦਲ ਸਕਦੇ ਆ, ਬਦਲ ਸਕਦੇ ਹਨ, ਜਿਹੜੇ ਬਦਲ ਨਹੀਂ ਸਕਦੇ। ਬਸ ਆਹ ਗੱਲ ਆ ਗਈ। ਅੱਗੇ ਆ ਗਿਆ ਆਪਾਂ ਤਦਭਵ, ਤਤਸਮ, ਤਤਸਮ ਐਂਡ ਇੱਕ ਆਪਾਂ ਕਹਿੰਦਾ ਤਦਭਵ ਸ਼ਬਦ ਹੋ ਗਿਆ। ਇਹ ਸਾਰੇ ਕੀਤੇ ਆ, ਤਦਭਵ ਸ਼ਬਦ ਆ। ਕਿਉਂ ਇਹ ਜ਼ਰੂਰੀ ਆ, ਮੈਂ ਵਾਰ ਵਾਰ ਕਹਿ ਰਿਹਾ, ਇੱਥੋਂ ਕੁਸ਼ਚਨ ਆਏਗਾ ਤਾਂ ਫੇਲ ਨਾ ਕਰੋ। ਸਰ ਇਹ ਚੀਜ਼ ਕਰਵਾਈ ਨਹੀਂ ਸੀਗੀ। ਦੇਖੋ ਅੱਜ ਆਪਾਂ ਕੀ ਕੀਤਾ ਸਟਾਰਟਿੰਗ ਦੇ ਵਿੱਚ, ਚਲੋ
ਸਟਾਰਟਿੰਗ ਦੇ ਵਿੱਚ ਚਲੋ ਆਪਾਂ ਕੀਤੀ ਹੈ ਭਾਸ਼ਾ ਬਾਰੇ, ਭਾਸ਼ਾ ਦੀ ਜਿਹੜਾ ਸ਼ਬਦ ਹੈ ਉਹ ਕਿੱਥੋਂ ਆਇਆ, ਆਪਾਂ ਕਿਹਾ ਜੀ ਇਹ ਸੰਸਕ੍ਰਿਤ ਤੋਂ ਭਾਸ਼ਾ ਕਿਹੜੀ, ਇਹਦਾ ਮਤਲਬ ਕੀ ਹੈ ਧਾਤੂ ਹੈ, ਤੇ ਇਹਦਾ ਜਿਹੜਾ ਮੂਲ ਰੂਪ ਆ ਮੂਲ ਧਾਤੂ ਆ ਇਹਦਾ ਭਾਸ਼ਾ ਹੈ, ਠੀਕ ਹੈ। ਭਾਸ਼ਾ ਬਾਰੇ ਗੱਲ ਕਰਨੀ ਹੈ, ਇਹ ਕਿੱਥੋਂ ਆਇਆ, ਸੰਸਕ੍ਰਿਤ ਚੋਂ ਆਇਆ, ਸੰਸਕ੍ਰਿਤ ਭਾਸ਼ਾ ਤੋਂ, ਠੀਕ ਹੈ। ਹੁਣ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਵਿਆਕਰਨ ਦਾ ਜਿਹੜਾ ਅਸਲੀ ਰੂਪ ਆਪਣੇ ਕੋਲੇ ਕਿਵੇਂ ਸਾਹਮਣੇ ਆਇਆ, ਇਹ ਮੌਖਿਕ ਤੇ ਲਿਖਿਤ ਦੋ ਰੂਪ ਨੇ ਭਾਸ਼ਾ ਦੇ, ਕੁਸ਼ਚਨ ਆਉਂਦਾ ਆ ਤੇ ਜਿਹੜੀਆਂ ਅਸ਼ੁੱਧੀਆਂ ਹੁੰਦੀਆਂ ਨੇ, ਆਪਾਂ ਅਸ਼ੁੱਧੀਆਂ ਕਿੱਥੇ ਹੁੰਦੀਆਂ ਨੇ, ਮੌਖਿਕ ਦੇ ਵਿੱਚ, ਲਿਖਿਤ ਦੇ ਵਿੱਚ ਅਸ਼ੁੱਧੀਆਂ ਖਤਮ ਹੋ ਜਾਂਦੀਆਂ, ਤੇ ਇਹ ਜਦੋਂ ਲਿਪੀ ਆਉਂਦੀ ਆ ਉਸ ਤੋਂ ਬਾਅਦ ਹੀ ਲਿਖਤੀ ਰੂਪ ਆਉਂਦਾ, ਫਿਰ ਹੀ ਗ੍ਰਾਮਰ ਲਿਖੀ ਗਈ ਆ। ਭਾਸ਼ਾ ਵਿੱਚ ਲਿਖਤੀ ਰੂਪ ਕਿਉਂ ਆ, ਕਿਉਂਕਿ ਆਪਾਂ ਆਪਣੀ ਸੰਸਕ੍ਰਿਤੀ ਇਤਿਹਾਸ, ਆਪਾਂ ਆਪਣੀ ਸੰਸਕ੍ਰਿਤੀ ਸੱਭਿਆਚਾਰ ਜਾਂ ਇਤਿਹਾਸ ਜਾਂ ਬੋਲੀ ਭਾਸ਼ਾ ਨੂੰ ਲੰਮੇ ਸਮੇਂ ਤੱਕ ਚਲਾਉਣ ਲਈ ਭਾਸ਼ਾ ਦਾ ਲਿਖਤੀ ਰੂਪ ਵਰਤੇ, ਜਿਹਦੇ ਵਿੱਚ ਸ਼ੁੱਧ ਕਮੀਆਂ ਦੂਰ ਹੋਣਗੀਆਂ, ਤੇ ਉਹ ਤੋਂ ਬਾਅਦ ਵਿਆਕਰਨ ਬਣ ਗਈ। ਸੋ ਵਿਆਕਰਨ ਤੋਂ ਬਾਅਦ ਆਪਾਂ ਦੇਖ ਲਿਆ ਕਿ ਆਪਣੇ ਕੋਲੇ ਵਿਆਕਰਨ ਪਹੁੰਚ ਚੁੱਕੀ ਹੈ। ਅਗਲਾ ਕੀ ਵਿਆਕਰਨ, ਵਿਆਕਰਨ ਬਾਰੇ ਗੱਲ ਕੀਤੀ ਹੈ। ਵਿਆਕਰਨ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਚ ਭਾਸ਼ਾ ਚੋਂ ਆਇਆ, ਤੇ ਅਸਲ ਵਿੱਚ ਇਹ ਸਭ ਤੋਂ ਪੁਰਾਣੀ ਜਿਹੜੀ ਪੁਰਾਤਨ ਭਾਰਤ ਦੀ ਭਾਸ਼ਾ ਹੈ ਉਹ ਸੰਸਕ੍ਰਿਤ ਹੈ। ਤੇ ਵਿਆਕਰਨ ਦੀ ਸਭ ਤੋਂ ਪਹਿਲੀ ਜਿਹੜੀ ਵਰਤੋਂ ਆ ਜਾਂ ਉਹਦਾ ਯੂਜ ਆ, ਸਭ ਤੋਂ ਪਹਿਲਾਂ ਕਿਹਨੇ ਕੀਤਾ, ਭਾਰਤ ਤੋਂ ਸਭ ਤੋਂ ਪਹਿਲਾਂ ਵਿਆਕਰਨ ਦੀ ਵਰਤੋਂ ਕਿਸਨੇ ਕੀਤੀ ਹੈ, ਵਿਲੀਅਮ ਕੈਰੀ ਨੇ। ਵਿਲੀਅਮ ਕੈਰੀ ਨੇ ਸਭ ਤੋਂ ਪਹਿਲਾਂ ਭਾਸ਼ਾ ਦੀ ਜਿਹੜੀ ਆ ਵਿਆਕਰਨ ਦੀ ਵਰਤੋਂ ਕੀਤੀ ਆ। ਉਸ ਤੋਂ ਬਾਅਦ ਆਪਾਂ ਕੀਤੀ ਹੈ ਵਿਆਕਰਨ ਦੀ ਪਰਿਭਾਸ਼ਾ। ਵਿਆਕਰਨ ਦੀ ਪਰਿਭਾਸ਼ਾ ਕੀ ਹੈ ਕਿ ਵਿਆਕਰਨ ਉਹ ਨਿਯਮਬੰਧ ਕਿਤਾਬ ਹੈ ਜਾਂ ਉਹ ਪੁਸਤਕ ਹੈ ਜਿਹੜੀ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਮਦਦ ਵੀ ਕਰਦੀ ਹੈ ਤੇ ਉਹਨੂੰ ਨਿਯਮਬੰਧ ਵੀ ਬਣਾਉਂਦੀ। ਬਹੁਤ ਸਾਰੀਆਂ ਜਿਹੜੀਆਂ ਵਿਆਕਰਨ ਆ ਉਹ ਭਾਸ਼ਾ ਦੀਆਂ ਕਮੀਆਂ ਦੂਰ ਹੁੰਦੀਆਂ ਨੇ, ਉਹ ਆਪਾਂ ਗੱਲ ਕਰ ਲਈਏ। ਇੰਗਲਿਸ਼ ਤੇ ਪੰਜਾਬੀ ਕੋਲ ਇੱਕੋ ਜੀ ਵਿਆਕਰਨ ਹੈ, ਮੈਂ ਕਹੂੰਗਾ ਨਹੀਂ ਨਹੀਂ ਜੀ, ਉਹਨਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸੋ ਇਹਦੇ ਵਿੱਚ ਨਾ ਤੁਸੀਂ ਕਹਿ ਦਿਓ ਵੀ ਹਾਂਜੀ ਸਰ ਇਹ ਚੀਜ਼ ਕੀਤੀ ਸੀਗੀ। ਅਗਲਾ ਕਿਤੇ ਵਿਆਕਰਨ ਦੇ ਅੰਗ ਆਪਾਂ ਕਿੰਨੇ ਕੀਤੇ ਆ, ਪਿੱਲਰਸ ਕੀਤੇ ਸੀ ਵੀ ਐਜੂਕੇਸ਼ਨ ਦੇ, ਚਾਰ ਪਿੱਲਰ ਨੇ ਸੇਮ ਹੀ ਇਹਦੇ ਵਿੱਚ ਚਾਰ ਅੰਗ ਨੇ ਜੀ। ਸਭ ਤੋਂ ਪਹਿਲਾਂ ਧੁਨੀ ਬੋਧ ਹੈ, ਦੂਸਰਾ ਸ਼ਬਦ ਬੋਧ ਹੈ, ਤੀਸਰਾ ਵਾਕ ਬੋਧ ਹੈ ਔਰ ਚੌਥਾ ਅਰਥ ਬੋਧ ਹੈ। ਤੇ ਇਹ ਸਾਰੀਆਂ ਧੁਨੀਆਂ, ਸਭ ਤੋਂ ਛੋਟੀ ਇਕਾਈ ਕਿਹੜੀ ਆ ਆਪਾਂ ਇਹੀ ਬੋਲਦੇ ਹਾਂ, ਸਭ ਤੋਂ ਛੋਟੀ ਇਕਾਈ ਹੈ, ਮੈਂ ਲਿਖ ਵੀ ਦਿੰਦਾ ਚਲੋ, ਸਭ ਤੋਂ ਛੋਟੀ ਹੈ। ਸਭ ਤੋਂ ਵੱਡੀ ਇਕਾਈ ਕੀ ਹੈ, ਵਾਕ ਹੈ ਜੀ। ਕੁਸ਼ਚਨ ਦੋ ਬਣ ਗਏ ਹੁਣ ਇੱਥੇ, ਕਿਹੜੇ ਕਿਹੜੀ, ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਸਭ ਤੋਂ ਵੱਡੀ ਇਕਾਈ ਕਿਹੜੀ ਹੈ, ਕੱਲ੍ਹ ਮੈਂ ਪੁੱਛੂੰਗਾ ਇਹ ਚੀਜ਼ ਅਗਲੇ ਸਟਾਰਟ ਕਰਨ ਤੋਂ ਪਹਿਲਾਂ, ਠੀਕ ਹੈ। ਅਗਲਾ ਕੀਤਾ ਧੁਨੀ ਬੋਧ, ਧੁਨੀ ਬੋਧ ਸਭ ਤੋਂ ਛੋਟੀ ਇਕਾਈ ਆ, ਬਹੁਤ ਸਾਰੀਆਂ ਧੁਨੀਆਂ ਮਿਲ ਕੇ ਜਿਹੜੀਆਂ ਊੜਾੜਾ ਥੜੀਆਂ ਧੁਨੀਆਂ ਬਣਦੀਆਂ, ਇਹਦੇ ਵਿੱਚ ਸਵਰ ਵਿਅੰਜਨ ਆ ਜਾਂਦੀ ਆ, ਵਰਨਮਾਲਾ ਆ ਜਾਂਦੀ ਆ, ਲਗਾ ਮਾਤਰਾਵਾਂ ਆ ਜਾਂਦੀਆਂ, ਲਗਾਖਰ ਆ ਜਾਂਦੇ, ਦੁੱਤ ਅੱਖਰ ਆ ਗਏ। ਦੁੱਤ ਅੱਖਰ ਕਿੰਨੇ ਨੇ, ਤਿੰਨ ਨੇ। ਲਗਾ ਮਾਤਰਾ ਕਿੰਨੀਆਂ ਨੇ ਤੁਹਾਨੂੰ ਪੁੱਛਿਆ ਜਾ ਸਕਦਾ, ਲਗਾ ਮਾਤਰਾ ਕਿੰਨੀਆਂ, ਲਗਾਖਰ ਕਿੰਨੇ ਨੇ, ਇੱਥੋਂ ਕੁਸ਼ਚਨ ਆਉਂਦਾ ਹੈ, ਮੈਂ ਦਿਖਾ ਦੂੰ ਪੇਪਰ ਤੁਹਾਨੂੰ, ਠੀਕ ਹੈ। ਸ਼ਬਦ ਬੋਧ ਦੀ ਗੱਲ ਕਰੀਏ, ਵਿਕਾਰੀ ਸ਼ਬਦ ਨੇ ਕਿੰਨੇ, ਨਾਮ ਪ੍ਰਣਾਮ ਵਿਸ਼ੇਸ਼ਣ ਕਿਰਿਆ, ਕਿਉਂਕਿ ਇਹ ਕੀ ਆ ਆਪਣਾ ਰੂਪ ਬਦਲ ਸਕਦੇ ਨੇ, ਬਦਲ ਸਕਦੇ ਨੇ, ਪਰਿਵਰਤਨ ਆ ਸਕਦਾ, ਅਵਿਕਾਰੀ ਸ਼ਬਦ ਜਿਹੜੇ ਬਦਲ ਨਹੀਂ ਸਕਦੇ। ਸੋ ਇਹ ਚੀਜ਼ ਆ, ਇਹ ਚਾਰ ਆਪਾਂ ਗੱਲ ਕੀਤੀ ਹੈ, ਪੜਾਂਗੇ। ਵਾਕ ਬੋਧ ਦੀ ਗੱਲ ਕਰੀਏ, ਵਾਕ ਬੋਧ ਵਿੱਚ ਕਾਰ ਕਾ ਕੇ ਕਾਲ ਔਰ ਵਿਸਮਿਕ ਚਿੰਨ, ਤੇ ਕਾਲ ਕਿੰਨੇ ਤਰ੍ਹਾਂ ਦਾ, ਤਿੰਨ ਤਰ੍ਹਾਂ ਦਾ, ਵਰਤਮਾਨ ਕਾਲ, ਭੂਤ ਕਾਲ ਤੇ ਭਵਿੱਖ ਕਾਲ, ਇਸ ਤੋਂ ਕੁਸ਼ਚਨ ਆ ਸਕਦਾ। ਸੋ ਜਿਹੜੀਆਂ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਉਹ ਸਮਝ ਲਓ, ਠੀਕ ਹੈ। ਉਸ ਤੋਂ ਬਾਅਦ ਆਪਾਂ ਅਰਥ ਬੋਧ ਬਾਰੇ ਗੱਲ ਕੀਤੀ, ਅਰਥ ਬੋਧ ਕਿੰਨੇ ਤਰ੍ਹਾਂ ਦਾ, ਦੇਖੋ ਜੀ ਸ਼ਬਦ ਸਮਾਨਾਰਥਿਕ ਸ਼ਬਦ ਹੋ ਗਏ, ਵਿਰੋਧੀ ਸ਼ਬਦ ਹੋ ਗਏ, ਮੁਹਾਵਰੇ ਖਾਣ ਹੋ ਗਏ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੋ ਗਏ, ਲਿੰਗ ਪੁਲਿੰਗ ਬਹੁਤ ਆਰਥਿਕ ਸ਼ਬਦ, ਇਹ ਸਾਰੇ ਇਹਦੇ ਵਿੱਚ ਆਉਂਦੇ ਨੇ। ਉੱਥੋਂ ਸ਼ਬਦਾਂ ਦੀ ਜਿਹੜੀ ਹੈ ਸ਼ਬਦ ਆ ਉਹ ਧੁਨੀਆਂ, ਧੁਨੀਆਂ ਦਾ ਲਿਖਤੀ ਰੂਪ ਆ ਜੀ। ਆਪਾਂ ਸ਼ਬਦ ਦਾ ਜਿਹੜਾ ਚੈਪਟਰ ਸ਼ੁਰੂ ਕੀਤਾ ਸੀਗਾ, ਅਰਥ ਦੇ ਆਧਾਰ ਤੇ ਦੋ ਤਰ੍ਹਾਂ ਦੇ ਸ਼ਬਦ ਹੈ ਜੀ, ਸਾਰਥਿਕ ਤੇ ਨਿਰਾਰਥਿਕ, ਠੀਕ ਹੈ। ਸਾਰਥਿਕ ਜਿਹਦਾ ਮਤਲਬ ਨਿਕਲਦਾ, ਅਰਥ ਨਿਕਲਦਾ, ਨਿਰਾਰਥਿਕ ਜਿਹੜੇ ਸ਼ਬਦ ਆ
ਜਿਹੜੇ ਨਿਰਾਰਥਕ ਸ਼ਬਦ ਉਹ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ, ਚਾਹ ਤੂੰ ਆਪਾਂ ਗੱਲ ਕੀਤੀ ਹੈ ਸ਼ਬਦਾਂ ਦੇ, ਜਿਹੜੇ ਸ਼ਬਦਾਂ ਦੇ ਰੂਪ ਦੇ ਆਧਾਰ ਤੇ ਕਿਸ ਤਰ੍ਹਾਂ ਦੇ ਆ ਜੀ, ਆਪਾਂ ਗੱਲ ਕੀਤੀ ਆ ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ, ਇਹ ਦੋ ਤਰ੍ਹਾਂ ਦੇ, ਹੁਣ ਦੋ ਤਰ੍ਹਾਂ ਦੇ ਆ ਜਿਹੜੇ ਸ਼ਬਦ ਆਪਾਂ ਨੂੰ ਰੂਪ ਬਦਲ ਸਕਦੇ ਨੇ ਉਹਨਾਂ ਨੂੰ ਤਾਂ ਆਪਾਂ ਵਿਕਾਰੀ ਬੋਲਦੇ ਹਾਂ, ਜਿਹੜੇ ਰੂਪ ਨਹੀਂ ਬਦਲ ਸਕਦੇ ਉਹਨਾਂ ਨੂੰ ਆਪਾਂ ਅਵਿਕਾਰੀ ਨਹੀਂ ਕਰ ਸਕਦੇ, ਮਤਲਬ ਕਿ ਅ ਹੋ ਗਿਆ ਆੜਾ ਲਾ ਕੇ ਉਹਦੇ ਅੱਗੇ, ਸੋ ਇਹ ਚੀਜ਼ ਸਮਝ ਲੈ। ਚਲੋ ਜੀ ਅਗਲਾ ਕੀ ਆਪਾਂ ਪੀ ਸੈਟ ਸੋਰੀ ਬੀਐਡ 2017 ਦੇ ਵਿੱਚ ਇਹ ਆਇਆ ਹੋਇਆ ਤਤਸਮ ਸ਼ਬਦ, ਇਸ ਕਰਕੇ ਮੈਂ ਜ਼ਰੂਰੀ ਸਮਝਿਆ। ਕਹਿੰਦੇ ਜੀ ਜਿਹੜੇ ਸ਼ਬਦਾਂ ਦੀ ਉਤਪਤੀ ਕਿਵੇਂ ਹੋਈ ਆ, ਇੱਕ ਤਾਂ ਆ ਗਿਆ ਤਤਸਮ ਆ ਗਿਆ, ਜਿਹੜੀ ਆਪਾਂ ਕਿਸੇ ਹੋਰ ਭਾਸ਼ਾ ਤੋਂ ਸ਼ਬਦ ਲਏ ਆ ਸੇਮ ਟੂ ਸੇਮ ਹੂ ਬਹੂ, ਜਿਵੇਂ ਕਵੀ ਕਾਰ ਹੋ ਗਏ, ਕਈ ਏਦਾਂ ਦੇ ਸ਼ਬਦ ਨੇ ਜਿਹੜੇ ਕਿ ਆਪਾਂ ਕਿਸੇ ਭਾਸ਼ਾ ਤੋਂ ਲਏ ਆ ਪਰ ਜਦੋਂ ਆਪਾਂ ਲੈ ਲਏ ਉਹਦੇ ਵਿੱਚ ਕੁਝ ਪਰਿਵਰਤਨ ਕਰ ਲਿਆ, ਜਿਵੇਂ ਸਿੱਖਿਆ ਹੋ ਗਈ, ਸੌਸ ਹੋ ਗਈ, ਚਟਨੀ ਲਿਖੀ, ਦੇਸੀ ਜਿਹੜੇ ਆਪਾਂ ਘਰੇਲੂ ਸ਼ਬਦ ਅਕਸਰ ਪਿੰਡਾਂ ਦੇ ਵਿੱਚ ਵਰਤਦੇ ਹਾਂ। ਸੋ ਇਹ ਚੀਜ਼ ਆ ਬਣਤਰ ਦੇ ਆਧਾਰ ਤੇ, ਬਣਤਰ ਦੇ ਆਧਾਰ ਤੇ ਦੋ ਤਰ੍ਹਾਂ ਦੇ ਨੇ, ਆਪਾਂ ਮੂਲ ਸ਼ਬਦ ਤੇ ਰਚਿਤ, ਮੂਲ ਜਿਹੜੇ ਧਾਤੂ ਸ਼ਬਦ ਨੇ ਜਿਨ੍ਹਾਂ ਨੂੰ ਵੰਡ ਨਹੀਂ ਕਰ ਸਕਦੇ, ਘਰ ਮੁੰਡਾ ਕੁੜੀ ਨੂੰ ਤੋੜ ਨਹੀਂ ਸਕਦੇ, ਪਰ ਰਚਿਤ ਸ਼ਬਦ ਨੂੰ ਤੋੜ ਸਕਦੇ ਆ ਜਿਹਦੇ ਅੱਗੇ ਅਗੇਤਰ ਪਿਛੇਤਰ ਲਾ ਕੇ ਸ਼ਬਦਾਂ ਦਾ ਮਤਲਬ ਜਾਂ ਰੂਪ ਬਦਲਿਆ ਜਾ ਸਕਦਾ, ਕਿ ਬੇਘਰ, ਬੇਸਹਾਰਾ, ਇਮਾਨਦਾਰੀ, ਠੀਕ ਹੈ, ਇਹ ਜਿਹੜੇ ਸ਼ਬਦ ਨੇ ਸਾਰੇ ਬਣਤਰ ਦੇ ਆਧਾਰ ਤੇ ਨੇ। ਆਪਾਂ ਗੱਲ ਕੀਤੀ ਹੈ ਇਹਦੇ ਵਿੱਚ ਜ਼ਰੂਰੀ ਤੁਹਾਨੂੰ ਆਏਗਾ ਕੁਸ਼ਚਨ, ਤਤਸਮ ਉੱਪਰ ਕੁਸ਼ਚਨ ਆਇਆ ਹੋਇਆ, ਤਤਸਮ ਤਦਭਾਵ, ਇਹ ਦੋ ਪਤਾ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਰੂਪ, ਰੂਪ ਕਿੰਨੇ ਨੇ, ਰੂਪ ਕਿੰਨੇ ਨੇ ਦੇ, ਤਾਂ ਤੁਸੀਂ ਕਹੋਗੇ ਦੋ ਰੂਪ ਨੇ, ਆਪਾਂ ਲਿਖਦੇ ਹਾਂ ਵਿਕਾਰੀ ਤੇ ਅਵਿਕਾਰੀ। ਵਿਆਕਰਨ ਦੀ ਸਭ ਤੋਂ ਪਹਿਲਾਂ, ਜਿਹੜੇ ਵਿਆਕਰਨ ਦੀ ਸਭ ਤੋਂ ਪਹਿਲਾਂ ਵਰਤੋਂ ਕੀਤੀ ਆ ਉਹ ਕਿਹਨੇ ਕੀਤੀ ਹੈ, ਵਿਲੀਅਮ ਕੈਰੀ ਨੇ। ਤੇ ਆਪਣੀ ਹਿੰਦੀ ਦੇ ਵਿੱਚ ਆਪਾਂ ਹਿੰਦੀ ਜਾਂ ਪਲੱਸ ਸੰਸਕ੍ਰਿਤ ਬੋਲ ਸਕਦੇ ਹਾਂ, ਇਹਦੀ ਜਿਹੜੀ ਆ ਕੀ ਲਿਖੀ ਆ, ਵਿਆਕਰਨ ਲਿਖੀ ਆ ਉਹ ਕਿਹਨੇ ਲਿਖੀ ਆ ਜੀ, ਉਹ ਲਿਖੀ ਆ ਪਨੀਨੀ ਨੇ, ਪਨੀਨੀ ਨੇ ਲਿਖੀ ਆ, ਪਨੀਨੀ ਨੇ, ਠੀਕ ਹੈ, ਇਹ ਸੰਸਕ੍ਰਿਤ ਤੇ ਹਿੰਦੀ ਦੀ ਕਹਿੰਦੇ ਜੀ ਇਹਨਾਂ ਨੇ ਲਿਖੀ ਆ। ਸੋ ਇਹ ਕੁਸ਼ਚਨ ਤਾਂ ਨਹੀਂ ਆਏਗਾ, ਸੋ ਜਿਹੜੀ ਹੋਈ ਆ ਇੱਥੋਂ ਤੋਂ ਕੁਸ਼ਚਨ ਨਿਕਲ ਕੇ ਆ ਸਕਦਾ। ਸੋ ਉਮੀਦ ਹੈ ਕਿ ਆਪਾਂ ਅਗਲੀ ਕਲਾਸ ਦੇ ਵਿੱਚ ਇੱਦਾਂ ਵਧੀਆ ਜਿਹੜਾ ਕੰਸੈਪਟ ਲੈ ਕੇ ਆਵਾਂਗੇ। ਮਿਲਦੇ ਹਾਂ ਫਿਰ ਆਪਾਂ ਅਗਲੀ ਕਲਾਸ ਦੇ।